ਕਾਹਨੂੰ ਕਰੋ ਜੇ ਤੁਸੀਂ ਨਾ ਆ ਮੇਰਾ ਘੋੜਾ ਵੱਢ ਲਓ ਉਹਦਾ ਫੁੱਫੜਾ ਜੇ ਘੋੜਾ ਵੱਢ ਲਿਆ ਫਿਰ ਜਾਏਗਾ ਕਾਹਦੇ ਤੇ ਵਾਹਲਾ ਤੁਹਾਡੇ ਰਾਜੀ ਜੇ ਕੁੱਕੜ ਤੇ ਸਤਿ ਸ੍ਰੀ ਅਕਾਲ ਭਰਜਾਈ ਕੀ ਹਾਲ ਚਾਲ ਹੈ ਉਹਦੀ ਵੀ ਠੀਕ ਹੈ ਤੂੰ ਸੁਣਾ ਤੇਰਾ ਕਿਵੇਂ ਹੈ ਕਹਿੰਦਾ ਭਰਜਾਈ ਰੋਟੀ ਨਹੀਂ ਪੱਕਦੀ ਭੁੱਖ ਨਾ ਮੈਨੂੰ ਮੋਰ ਨਾ ਬਣਾ ਲਈ ਕੁੜੀ ਮੈਨੂੰ ਇੱਕ ਆਪਣਾ ਮਿਲੀ ਕਹਿੰਦੀ ਬਾਈ ਇੱਕ ਗੱਲ ਪੁੱਛਾਂ ਮੈਂ ਕਿਹਾ ਪੁੱਛੋ ਅੱਛਾ ਤੇ ਵੀ ਤੂੰ ਆਦੀ ਸੱਚੀ ਮੁੱਚੀ ਸੜਾ ਹੈ ਛੜੇ ਬੰਦੇ ਦੀ ਬਾਈ ਜਿਹੜੀ ਅੱਖ ਹੁੰਦੀ ਹੈ ਨਾ ਉਹ ਮਤਲਬ ਵੀ ਅੱਖ ਨਾ ਲੁੱਚੀ ਜੀ ਅੱਖ ਹੁੰਦੀ ਹੈ ਉਹ ਤੇਰੀ ਹੈਗੀ ਆ ਦੀ ਤਿੰਨ ਚਾਰ ਭੂਆ ਦੋ ਚਾਰ ਮਾਸੀਆਂ ਮੁੰਡਾ ਕੁੜੀ ਜ਼ਿਮੀਦਾਰਾਂ ਦੇ ਆ ਬਸ ਐਂਡ ਤੇ ਉਹਨਾਂ ਦਾ ਵਿਆਹ ਕਰਾਉਣਾ ਤੁਸੀਂ ਇਹਨਾਂ ਫਿਲਮਾਂ ਦਾ ਹਿੱਸਾ ਬਣ ਕੇ ਕਿਵੇਂ ਜੇ ਮਹਿਸੂਸ ਕਰਦੇ ਹੋ ਤੇਰਾ ਨਹੀਂ ਉਹ ਤੇਰੇ ਗੋਰੇ ਰੰਗ ਦਾ ਕਸੂਰ ਤੇਰਾ ਨਹੀਂ ਉਹ ਤੇਰੇ ਗੋਰੇ ਰੰਗ ਦਾ ਕਸੂਰ ਸੌ ਰੱਬ ਦੀ ਲੱਗੇ ਤੂੰ ਠੀਕ ਖਿਲਵਾਰੀ ਛੜੇ ਬੰਦੇ ਦੀ ਬੰਦੇ ਦੀ ਹੁੰਦੀਆਂ ਅੱਖ ਖਿਲਵਾਰੀ ਛੜੇ ਬੰਦੇ ਬਾਹ ਤੁਹਾਡੀ ਆਖਰੀ ਗੱਲ ਹੈ ਮੈਨੂੰ ਕਲੀ ਕੇ ਰੱਖ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਅੱਜ ਮੁਲਾਕਾਤ ਕਰਨੀ ਹੈ ਪੰਜਾਬੀ ਇੰਡਸਟਰੀ ਦੇ ਅਜਿਹੇ ਕਲਾਕਾਰ ਦੇ ਨਾਲ ਜਿਨ੍ਹਾਂ ਦੀ ਪਹਿਲੀ ਗੱਲ ਵੀ ਕੀਲ ਕੇ ਰੱਖ ਦਿੰਦੀ ਹੈ ਤੇ ਜਿਨ੍ਹਾਂ ਦੀ ਆਖਰਲੀ ਗੱਲ ਵੀ ਕੀਲ ਕੇ ਰੱਖ ਦਿੰਦੀ ਹੈ ਸੋ ਬਿਨਾਂ ਦੇਰੀ ਤੋਂ ਅੱਜ ਇੰਟਰਵਿਊ ਕਰਨੀ ਹੈ ਆਪਾਂ ਗੁਰਮੀਤ ਸਾਜਨ ਜੀ ਹੁਣਾਂ ਦੇ ਨਾਲ ਬਹੁਤ ਸੋਹਣਾ ਕੰਮ ਇੰਡਸਟਰੀ ਦੇ ਵਿੱਚ ਕਰ ਰਹੇ ਨੇ ਵੱਡੀਆਂ ਗਿਣਤੀ ਦੇ ਵਿੱਚ ਉਹਨਾਂ ਦੀਆਂ ਫਿਲਮਾਂ ਆਈਆਂ ਨੇ ਜੇ ਫਿਲਮਾਂ ਦਾ ਜ਼ਿਕਰ ਕਰੀਏ ਤਾਂ ਲਿਸਟ ਲੰਬੀ ਹੋ ਜਾਣੀ ਹੈ ਸੋ ਬਿਨਾਂ ਦੇਰੀ ਤੋਂ ਸਵਾਗਤ ਕਰ ਰਿਹਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸੰਦੀਪ ਠੀਕ ਹੋ ਕੀ ਹਾਲ ਚਾਲ ਭਾਜੀ ਪਹਿਲਾਂ ਤਾਂ ਤੁਸੀਂ ਦੱਸੋ ਵੀ ਕੋਟਕਪੂਰੇ ਤੋਂ ਉੱਠ ਕੇ ਤੇ ਪੂਰੀ ਇੰਡਸਟਰੀ ਦੇ ਵਿੱਚ ਧੱਕ ਪਾਉਣੀ ਇਹ ਥੋੜੇ ਸ਼ਬਦਾਂ ਦੇ ਵਿੱਚ ਦੱਸੋ ਵੀ ਜ਼ਿੰਦਗੀ ਦਾ ਸੰਘਰਸ਼ ਕਿੰਨਾ ਕੁ ਔਖਾ ਰਿਹਾ ਦੇਖੋ ਜ਼ਿੰਦਗੀ ਦਾ ਸੰਘਰਸ਼ ਤਾਂ ਬਹੁਤ ਔਖਾ ਰਿਹਾ ਤੇ ਮੇਰਾ ਖਿਆਲ ਹੈ ਵੀ ਪੂਰੀ ਜ਼ਿੰਦਗੀ ਵੀ ਲਾਤੀ ਸੰਘਰਸ਼ ਤੇ ਤੇ ਬੜੀ ਮਿਹਰ ਹੋਈ ਹੈ ਵਾਹਿਗੁਰੂ ਦੀ ਸੋ ਤੁਸੀਂ ਦੇਖ ਹੀ ਰਹੇ ਹੋ ਸਾਰੇ ਜਿਹੜਾ ਦਰਸ਼ਕਾਂ ਵੱਲੋਂ ਬਹੁਤ ਸਾਰਾ ਜਿਹੜਾ ਢੇਰ ਸਾਰਾ ਪਿਆਰ ਮਿਲ ਰਿਹਾ ਮਿਲਿਆ ਤਾਂ ਇੱਥੋਂ ਤੱਕ ਪਹੁੰਚੇ ਹੈ ਔਰ ਵਾਕਈ ਜਿਹੜਾ ਫਲ ਮਿਲਦਾ ਨਾ ਸੱਚੀ ਮੁੱਚੀ ਬੜਾ ਸਵਾਦ ਹੁੰਦਾ ਫਲ ਮਜ਼ਾ ਆ ਰਿਹਾ ਤੇ ਜਦੋਂ ਕਿਤੇ ਜਾਂਦੇ ਹੋ ਰਿਸ਼ਤੇਦਾਰੀ ਤੇ ਫਿਰ ਉਦੋਂ ਫੁੱਫੜ ਅੱਗੇ ਫਿਰ ਕੀ ਕੁਛ ਲਿਆਉਂਦੇ ਲਿਆਉਂਦੇ ਕੁੱਕੜ ਕੱਕੜ ਮੈਂ ਕਿਹਾ ਜੀ ਸਭ ਕੁਛ ਮਾਰਾ ਜੋ ਤਾਂ ਕੁੱਕੜ ਫੁੱਫੜ ਸਭ ਦੇਣਾ ਹਨਾ ਉਹ ਪਹਿਲਾਂ ਹੀ ਤਿਆਰ ਹੁੰਦਾ ਵੀ ਭਾਈ ਆ ਰਹੇ ਹੈ ਹਨਾ ਪਹਿਲਾਂ ਭਾਵੇਂ ਜਦੋਂ ਬੰਦਾ ਸਟਰਗਲ ਚ ਹੁੰਦਾ ਤਾਂ ਉਦੋਂ ਤਾਂ ਨੀ ਅਗਲਾ ਉਦੋਂ ਤਾਂ ਅਗਲਾ ਕਹਿੰਦੇ ਨੇ ਉਹ ਜਿਹੜਾ ਆਪਣਾ ਗਾਉਂਦਾ ਹੈ ਉਹ ਜਿਹੜਾ ਨਾਟਕ ਕਰਦਾ ਹੈਗਾ ਨਹੀਂ ਨਹੀਂ ਸਾਡੀ ਤਾਂ ਦੂਰ ਦੀ ਕਿਤੇ ਰਿਸ਼ਤੇਦਾਰੀ ਆ ਆਪਣਾ ਨੀ ਹੈਗਾ ਉਹ ਤੇ ਜਦੋਂ ਬੰਦਾ ਫਿਰ ਕੁਛ ਬਣ ਜਾਂਦਾ ਫਿਰ ਜਿਹਦੇ ਨਹੀਂ ਵੀ ਹੈਗੇ ਉਹੀ ਕਹਿੰਦੇ ਵੀ ਸਾਡਾ ਫੋਪੜ ਹੈ ਸਾਡਾ ਜੀਜਾ ਹੈ ਸਾਡੇ ਤਾਏ ਦਾ ਮੁੰਡਾ ਸਾਡੇ ਚਾਚੇ ਦਾ ਮੁੰਡਾ ਸੋ ਇਹ ਤਾਂ ਦੁਨੀਆਂ ਤੇ ਜਿਹੜਾ ਬਣਿਆ ਹੀ ਆਇਆ ਠੀਕ ਹੈ ਸੋ ਐਸੀ ਵੀ ਮਾਣ ਇੱਜ਼ਤ ਪੂਰਾ ਹਰ ਥਾਂ ਮਿਲਦਾ ਲੋਕ ਪਿਆਰ ਕਰਦੇ ਅੱਛਾ ਮੈਨੂੰ ਉਹ ਗੱਲ ਜੀ ਜ਼ਰੂਰ ਸੁਣਾਓ ਉਹ ਡਾਇਲੋਗ ਜ਼ਰੂਰ ਸੁਣਾਓ ਜਦੋਂ ਤੁਸੀਂ ਕਹਿੰਦੇ ਆ ਵੀ ਫਿਰ ਹੁਣ ਫੋਪੜ ਜਾਊਗਾ ਕਾਹਦੇ ਤੇ ਆ ਥੋੜੇ ਰਾਜੀ ਜੇ ਕੁੱਕੜ ਤੇ ਉਹ ਤਾਂ ਖੈਰ ਅਮਰਦੀਪ ਨੇ ਬਹੁਤ ਵਧੀਆ ਪਿਆਰੇ ਜਿਹੜੇ ਡਾਇਲੋਗ ਸਾਰੀਆਂ ਫਿਲਮਾਂ ਦੇ ਜਿੰਨੀਆਂ ਕੀਤੀਆਂ ਉਹਦੇ ਨਾਲ ਤਾਂ ਬਹੁਤ ਵਧੀਆ ਜਿਹੜਾ ਉਹ ਸੀਗਾ ਵੀ ਉਹ ਕਹਿੰਦਾ ਵੀ ਉਹ ਕੋਈ ਕਹੀ ਜਾਂਦਾ ਸਾਗ ਬਣਾ ਲਓ ਕੋਈ ਕਹਿੰਦਾ ਮੂੰਗੀ ਦੀ ਦਾਲ ਧਰ ਲਓ ਫੋਪੜ ਆਇਆ ਹੈ ਤੇ ਉਹ ਫੋਪੜ ਦੇਖੀ ਜਾਂਦਾ ਜਿਹੜੀ ਅਸਲੀ ਗੱਲ ਕਰਨ ਵਾਲੀ ਹੈ ਉਹ ਕਰਦੇ ਹੀ ਨੀ ਹੈ ਵੀ ਕੋਈ ਮੂਹਰੇ ਗਾਹਾਂ ਕੁੱਕੜ ਚੋਗਾ ਚੁਗਦੇ ਫਿਰਦੇ ਆ ਗਾਹਾਂ ਫੋਪੜ ਨੂੰ ਫਿਰ ਸੁੱਜੀ ਵੀ ਇਹਨਾਂ ਨੂੰ ਮਾਰੀ ਜੀ ਟਕੋਰ ਮਾਰਾਂ ਉਹ ਕਹਿੰਦਾ ਇਉਂ ਕਰੋ ਇਹ ਤੁਸੀਂ ਨਾ ਆ ਮੇਰਾ ਘੋੜਾ ਵੱਢ ਲਓ ਹੈ ਉਹਦਾ ਫੁੱਫੜਾ ਜੇ ਘੋੜਾ ਵੱਢ ਲਿਆ ਫਿਰ ਜਾਏਗਾ ਕਾਹਦੇ ਤੇ ਉਹ ਕਹਿੰਦਾ ਆ ਤੁਹਾਡੇ ਰਾਜੀ ਜੇ ਕੁੱਕੜ ਤੇ ਵਧੀਆ ਡਾਇਲੋਗ ਬੜਾ ਪਿਆਰ ਮਿਲਿਆ ਬਹੁਤ ਸਾਰੇ ਡਾਇਲੋਗ ਨੂੰ ਅੱਛਾ ਭਾਜੀ ਉਦੋਂ ਤੁਸੀਂ ਨਾ ਪੁਰਾਣੇ ਮਾਹੌਲ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਿਆ ਹੁਣ ਕਈ ਵਾਰੀ ਅਸੀਂ ਜਦੋਂ ਦੇਖਦੇ ਹਾਂ ਵੀ ਫਿਲਮ ਪੁਰਾਣੇ ਮਾਹੌਲ ਦੀ ਹੁੰਦੀ ਹੈ ਤਾਂ ਉਹਦੇ ਵਿੱਚ ਕਈ ਵਾਰੀ ਬਹੁਤ ਮਿਸਟੇਕਸ ਰਹਿ ਜਾਂਦੀਆਂ ਨੇ ਵੀ ਉਹ ਫੋਨ ਲਈ ਫਿਰਦੇ ਨੇ ਜਾਂ ਹੋਰ ਕੁਛ ਨਵਾਂ ਵਿਖਾ ਦਿੰਦੇ ਨੇ ਕਈ ਪਿੱਛੇ ਬਿਲਡਿੰਗਾਂ ਵੀ ਦਿਸੀ ਜਾਂਦੀਆਂ ਹੁੰਦੀਆਂ ਤਾਂ ਲੱਗਦਾ ਵੀ ਇਹ ਜਿਹੜੀਆਂ ਕੁਛ ਤਕਨੀਕੀ ਘਾਟਾਂ ਨੇ ਇਹ ਕਿਉਂ ਰਹਿ ਜਾਂਦੀਆਂ ਇਹਨਾਂ ਜਾਂ ਫਿਰ ਕਿਤੇ ਨਾ ਕਿਤੇ ਨਿਰਦੇਸ਼ਕ ਨੇ ਜਿਹੜੇ ਉਹ ਉਸ ਤਰ੍ਹਾਂ ਦੀ ਪਕਿਆਈ ਨਹੀਂ ਲਿਆਉਂਦੇ ਆਪਣੇ ਕੰਮ 'ਚ ਦੇਖੋ ਕਈ ਵਾਰ ਨਾ ਇਸ ਤਰ੍ਹਾਂ ਹੁੰਦਾ ਹੈ ਬਈ ਸ਼ੂਟਿੰਗ ਵਾਲੀ ਜਗ੍ਹਾ ਜਿਹੜੀ ਲੋਕੇਸ਼ਨ ਹੈ ਹਨਾ ਜਾਂ ਤਾਂ ਜਿੱਥੇ ਤਾਂ ਹੁੰਦੇ ਆ ਸਟੂਡੀਓ ਉੱਥੇ ਤਾਂ ਹਾਇਰ ਕੀਤੇ ਹੁੰਦੇ ਸਾਰੇ ਆਰਟਿਸਟ ਕਿ ਤੂੰ ਇੱਥੋਂ ਦੀ ਲੰਘ ਜਾਣਾ ਤੂੰ ਇੱਥੇ ਖੜ ਕੇ ਗੱਲਾਂ ਕਰਨੀਆਂ ਤੁਸੀਂ ਉੱਥੇ ਬੈਠੋ ਪਿੱਛੇ ਉਹ ਹੁੰਦਾ ਜਿੱਥੇ ਕਿਤੇ ਆਪਾਂ ਜਾ ਕੇ ਐਸੀ ਲੋਕੇਸ਼ਨ ਤੇ ਕੰਮ ਕਰਦੇ ਜਿੱਥੇ ਆਪਾਂ ਕੰਟਰੋਲ ਕਰ ਹੀ ਨਹੀਂ ਸਕਦੇ ਹਨਾ ਤਾਂ ਉਹ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਅਕਸਰ ਆ ਹੀ ਜਾਂਦੀਆਂ ਉਹਨੂੰ ਫਿਰ ਵੱਧ ਤੋਂ ਵੱਧ ਇਹ ਪਿੱਛੋਂ ਡੀ ਕਰ ਦਿੰਦੇ ਆ ਵੀ ਉਹਨੂੰ ਜਿਹੜਾ ਹਨਾ ਤਾਂ ਉਹ ਕਰਕੇ ਆਪਦਾ ਉਹਨਾਂ ਨੇ ਜਿਹੜਾ ਸੀਨ ਹੈ ਉਹ ਲੈਣਾ ਹੁੰਦਾ ਪਰ ਮੈਂ ਸਮਝਦਾ ਵੀ ਜਿਹੜੇ ਸਾਡੇ ਦਰਸ਼ਕ ਹੈ
ਉਹ ਕੋਈ ਇੰਨੇ ਜ਼ਿਆਦਾ ਆ ਜਿਹੜੇ ਤਾਂ ਹੈਗੇ ਦੇਖੋ ਇਸ ਲਾਈਨ ਦੇ ਬੰਦੇ ਤਾਂ ਉਹਨਾਂ ਨੂੰ ਤਾਂ ਇਹ ਚੀਜ਼ਾਂ ਨਜ਼ਰ ਆ ਜਾਂਦੀਆਂ ਉਹ ਪਤਾ ਲੱਗ ਜਾਂਦਾ ਵੀ ਯਾਰ ਉਹ ਪ੍ਰੋਬਲਮ ਆ ਗਈ ਯਾਰ ਕਿਵੇਂ ਕਿਵੇਂ ਹਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਲਮ ਦੇਖਣ ਵਾਲੇ ਦਰਸ਼ਕਾਂ ਨੂੰ ਇਹਨਾਂ ਨੂੰ ਉਹ ਆਪਦੀ ਕਹਾਣੀ 'ਚ ਆਪਦੇ ਐਕਟਰਾਂ ਦਾ ਉਹਨਾਂ ਦਾ ਬਸ ਨਜ਼ਰ ਸਾਹਮਣੇ ਹੁੰਦਾ ਅੱਛਾ ਜਿਹੜਾ ਗੁਰਮੀਤਾ ਸ਼ਰਾਬੀ ਹੈ ਹੁਣ ਫਿਰ ਉਹਦਾ ਕੀ ਹਾਲ ਚਾਲ ਹੈ ਗੁਰਮੀਤਾ ਸ਼ਰਾਬੀ ਹੁਣ ਸੁਧਰ ਗਿਆ ਅੱਛਾ ਹਾਂ ਨਹੀਂ ਸ਼ਰਾਬ ਸ਼ਰਾਬ ਮਹਿੰਗੀ ਹੋ ਗਈ ਆਏ ਸੀ ਵੀ ਜਿਹੜਾ ਗੁਰਮੀਤ ਸ਼ਰਾਬੀ ਵਾਲਾ ਕਰੈਕਟਰ ਮੈਂ ਕਰਦਾ ਸੀ ਨਾ ਤਾਂ ਉਸ ਕਰੈਕਟਰ ਨੂੰ ਵੀ ਲੋਕਾਂ ਨੇ ਜਿਹੜਾ ਬਹੁਤ ਪਿਆਰ ਦਿੱਤਾ ਹੁਣ ਥੋੜੀ ਜਿਹੀ ਚੇਂਜਿੰਗ ਇਹ ਆ ਗਈ ਹੈ ਹੁਣ ਕਹਿੰਦੇ ਆ ਵੀ ਮੈਂ ਜੇ ਕਿਤੇ ਕਰਦਾ ਵੀ ਹੈ ਨਾ ਤਾਂ ਫਿਰ ਅੱਗੋਂ ਕਮੈਂਟ ਆਉਂਦੇ ਆ ਸਾਰੇ ਜਿਹੜੇ ਪਿਆਰ ਕਰਦੇ ਆ ਆਪਾਂ ਨੂੰ ਵੀ ਭਾਜੀਆਂ ਦਾ ਵੀ ਦੇਖੋ ਤੁਸੀਂ ਜਿਹੜਾ ਸ਼ਰਾਬ ਨੂੰ ਆਪਾਂ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਹੈਨਾ ਤੇ ਵੀ ਤੁਸੀਂ ਤਾਂ ਹਟਾਉਣੇ ਆ ਥਾਵਾਂ ਦੀ ਵੀ ਤੂੰ ਹੁਣ ਉਹ ਮਤਲਬ ਜਦੋਂ ਮੈਂ ਉਹ ਸ਼ਰਾਬ ਮੈਨੂੰ ਮੇਰਾ ਕਿਤੇ ਕਿਤੇ ਦਿਲ ਕਰਦਾ ਹੈ ਕਿ ਮੈਂ ਕਰਾਂ ਉਸ ਤਰ੍ਹਾਂ ਦਾ ਗੁਰਮੀਤ ਸ਼ਰਾਬੀ ਵਾਲਾ ਤਾਂ ਹੁਣ ਉਹ ਮਤਲਬ ਜਿਹੜੇ ਮੇਰੇ ਦਰਸ਼ਕ ਹੈ ਉਹ ਮੈਨੂੰ ਰੋਕ ਦਿੰਦੇ ਆ ਕਿ ਨਹੀਂ ਜੀ ਦੇਖੋ ਤੁਸੀਂ ਇਹ ਕੰਮ ਨਾ ਕਰੋ ਆਪਾਂ ਇਸ ਚੀਜ਼ ਨੂੰ ਜਿਹੜਾ ਇੰਨਾ ਜ਼ਿਆਦਾ ਨਹੀਂ ਆਪਾਂ ਉਡਾਨ ਦੇਣੀ ਜੀ ਵੀ ਤੁਸੀਂ ਹਾਂ ਬਈ ਸ਼ਰਾਬੀ ਸ਼ਰਾਬ ਪੀਣੀ ਠੀਕ ਆ ਵੀ ਬੜਾ ਵੀ ਮੌਜਾਂ ਲੈਂਦਾ ਗੁਰਮੀਤਾ ਤਾਂ ਹੈ ਨਾ ਉਹ ਇਹ ਇਸੇ ਕਰੈਕਟਰਾਂ ਤੋਂ ਵੀ ਰੋਕ ਦਿੰਦੇ ਆ ਉਹ ਤਾਂ ਮੈਨੂੰ ਪੱਗ ਲਾ ਕੇ ਵੀ ਮਤਲਬ ਜਿਹੜਾ ਮੋਨੇ ਦਾ ਉਹਦਾ ਜੀ ਨਹੀਂ ਮੋਨਾ ਐਂ ਕਰੋ ਦੇਖੋ ਜੀ ਤੁਸੀਂ ਆਪਦਾ ਜਿਹੜਾ ਨਾ ਉਹ ਪੱਗ 'ਚ ਕਰੈਕਟਰ ਕਰੋ ਕਿਉਂਕਿ ਉਹ ਲੋਕ ਪਿਆਰ ਕਰਦੇ ਆ ਉਹ ਜਿਸ ਤਰ੍ਹਾਂ ਦਾ ਮੈਨੂੰ ਦੇਖਣਾ ਚਾਹੁੰਦੇ ਆ ਤਾਂ ਉਸ ਤਰ੍ਹਾਂ ਦੇ ਹੁਕਮ ਤੇ ਜ਼ਾਹਿਰ ਆ ਜੋ ਲੋਕਾਂ ਨੇ ਪਿਆਰ ਦਿੱਤਾ ਤਾਂ ਆਪਾਂ ਲੋਕਾਂ ਦੇ ਮਗਰ ਹੀ ਲੱਗਣਾ ਜੋ ਉਹ ਕਹਿਣਗੇ ਉਸੇ ਤਰ੍ਹਾਂ ਦਾ ਕਰਨਾ ਮੈਂ ਕਦੇ ਗੁੱਸਾ ਨਹੀਂ ਕੀਤਾ ਕਦੇ ਕਿਸੇ ਅੱਛਾ ਗੁਰਮੀਤ ਸ਼ਰਾਬੀ ਦੀ ਕੋਈ ਗੱਲ ਤਾਂ ਸੁਣਾਓ ਫਿਰ ਗਰਮੀ ਗੁਰਮੀਤ ਸ਼ਰਾਬੀ ਦੀ ਹੁਣ ਤਾਂ ਮੈਂ ਕੀ ਆਪਣਾ ਇਸ ਤਰ੍ਹਾਂ ਗੁਰਮੀਤ ਸ਼ਰਾਬੀ ਤੋਂ ਪਹਿਲੀਆਂ ਜਿਹੜੀਆਂ ਮੈਂ ਵੀਡੀਓ ਕਰਦਾ ਹੁੰਦਾ ਸੀ ਨਾ ਤਾਂ ਉਹਦੇ ਤੇ ਅਕਸਰ ਹੀ ਮਤਲਬ ਜਿਹੜਾ ਗੁਰਮੇ ਜਿਵੇਂ ਕਾਲਾ ਮਾਲਾ ਦੇ ਮੈਂ 5 ਪਾਰਟ ਬਣਾਏ ਤਾਂ ਉਹਦੇ ਚ ਕਿਤੇ ਨਾ ਕਿਤੇ ਮੈਂ ਗੁਰਮੀਤ ਸ਼ਰਾਬੀ ਨੂੰ ਜਿਹੜਾ ਉਭਾਰ ਹੀ ਲੈਂਦਾ ਹੁੰਦਾ ਸੀ ਅਕਸਰ ਹੀ ਤਾਂ ਵੀ ਜਿਹੜਾ ਕੋਈ ਸ਼ਰਾਬੀਆਂ ਦਾ ਕੋਈ ਅਮਲੀਆਂ ਦਾ ਕਿਉਂਕਿ ਥੀਏਟਰ ਦੇ ਨਾਲ ਰਿਲੇਟਡ ਆ ਅਸੀਂ ਸੋ ਇਸ ਕਰਕੇ ਅਸੀਂ ਜਿਹੜਾ ਸੰਭਾਲ ਲੈਂਦੇ ਸੀ ਉਹ ਤਾਂ ਉਸੇ ਤਰ੍ਹਾਂ ਦਾ ਜਿਹੜਾ ਕਰੈਕਟਰ ਕਰਦੇ ਰਹਿੰਦੇ ਸੀ ਪਰ ਹੁਣ ਤਾਂ ਸੱਚੀ ਮੁੱਚੀ ਮੈਨੂੰ ਕਾਫੀ ਚਿਰ ਹੋ ਗਿਆ ਵੀ ਨਹੀਂ ਮੈਂ ਕਰਦਾ ਨੀ ਮੈਨੂੰ ਪਤਾ ਵੀ ਨਹੀਂ ਯਾਰ ਕਰਨ ਨੀ ਦੇਣਾ ਗਾ ਲੋਕਾਂ ਨੇ ਦਾਰੂ ਦੂਰੂ ਦਾ ਹਾਂ ਵੈਸੇ ਪਿਆ ਆਏ ਵੀ ਗੁਰਮੀਤ ਸ਼ਰਾਬੀ ਵਾਸਤੇ ਮਸਾਲਾ ਜੇ ਇਕੱਠਾ ਕਰਨਾ ਚਾਹੀਏ ਤਾਂ ਬੜਾ ਮਸਾਲਾ ਪਿਆ ਪਰ ਨਹੀਂ ਮੈਂ ਚਾਹੁੰਦਾ ਕਿ ਨਹੀਂ ਯਾਰ ਜੇ ਮੇਰੇ ਦਰਸ਼ਕ ਪਸੰਦ ਨਹੀਂ ਕਰਦੇ ਤਾਂ ਨਹੀਂ ਕਰਨਾ ਅੱਛਾ ਜਦੋਂ ਤੁਹਾਡਾ ਵਿਆਹ ਹੁੰਦਾ ਫਿਰ ਉਦੋਂ ਤੁਸੀਂ ਇਸ ਫੀਲਡ ਦੇ ਵਿੱਚ ਹੀ ਸੀ ਹਾਂ ਬਿਲਕੁਲ ਮੈਂ ਇਸ ਫੀਲਡ ਅੱਛਾ ਵਿਆਹ ਦੀ ਤਾਂ ਗੱਲ ਇਉਂ ਹੈ ਵੀ ਵਿਆਹ ਤਾਂ ਘਰ ਦੇ ਕਹਿੰਦੇ ਹੋ ਤੂੰ ਵਿਆਹ ਵੂਹ ਕਰਾਉਣਾ ਹੈ ਤੂੰ ਕੰਮ ਕਰ ਲਾ ਬਹਿ ਕੇ ਸੋਨੇ ਚਾਂਦੀ ਦਾ ਕੰਮ ਹੈ ਇੱਥੇ ਬਹਿ ਕੇ ਸੋਨਾ ਚਾਂਦੀ ਵੇਚ ਕਿਹੜੇ ਕੰਮਾਂ 'ਚ ਪਿਆ ਤੂੰ ਪਰ ਕਿੱਥੇ ਹੁਣ ਜਿਹੜੀ ਮੇਰੇ ਅੰਦਰ ਤਾਂ ਚੰਗਿਆੜੀ ਸੀ ਹਨਾ ਅੱਗ ਸੀ ਉਹ ਤਾਂ ਮਤਲਬ ਲੱਗੀ ਹੋਈ ਸੀ ਤਾਂ ਘਰਦੇ ਕਹਿੰਦੇ ਤੂੰ ਇੱਥੇ ਬੈਠ ਫਿਰ ਭਾਈ ਮੈਨੂੰ 2 ਸਾਲ ਦੁਕਾਨ ਤੇ ਬਾਇਆ ਉਦੋਂ ਨੂੰ ਭਾਈ ਕੁੜੀ ਵਾਲੇ ਆ ਗਏ ਦੇਖਣ ਵਾਲੇ ਪੱਕ ਠੱਕ ਹੋ ਗਈ ਵਿਆਹ ਹੋ ਗਿਆ ਮੈਂ ਕਿਹਾ ਹੁਣ ਵਿਆਹ ਹੋ ਗਿਆ ਲੈ ਮੈਂ ਕਿਹਾ ਹੁਣ ਤਾਂ ਹੁਣ ਨੀ ਘਰਦੇ ਕੁਛ ਕਹਿੰਦੇ ਹਨਾ ਫਿਰ ਉਹ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨਾ ਮੁੜ ਕੇ ਜਦੋਂ ਵਿਆਹ ਹੋ ਜਾਂਦਾ ਤਾਂ ਫਿਰ ਮੈਂ ਮਤਲਬ ਇਸ ਇਹ ਘਰਦੇ ਮੈਨੂੰ ਗਾਲਾਂ ਵੀ ਬਹੁਤ ਕੱਢਦੇ ਰਹੇ ਦਿੰਦੇ ਰਹੇ ਪਰ ਮੈਂ ਇਸ ਲਾਈਨ ਦਾ ਨਾ ਦੀਪ ਖੇੜਾ ਨੀ ਛੱਡਿਆ ਮੈਂ ਲੱਗਾ ਹੀ ਰਿਹਾ ਮਤਲਬ ਨਾਟਕ ਵੀ ਕਰਦੇ ਰਹੇ ਹਨਾ ਸਿੰਗਿੰਗ ਵੀ ਕਰਦਾ ਰਿਹਾ ਤੇ ਇਸ ਲਾਈਨ ਦਾ ਮੈਂ ਕੁਛ ਨਾ ਕੁਛ ਕਰਦਾ ਹੀ ਰਿਹਾ ਕਰਦਾ ਰਿਹਾ ਤੇ ਅਖੀਰ ਜਿਹੜੀਆਂ ਫਿਰ ਮੈਨੂੰ ਕੁਛ ਫਿਲਮਾਂ ਵੀ ਐਸੀਆਂ ਜਿਹੜੀਆਂ ਮਿਲਦੀਆਂ ਰਹੀਆਂ ਤਾਂ ਜਦੋਂ ਫਿਲਮਾਂ ਕੁਛ ਮਿਲਣ ਲੱਗ ਗਈਆਂ ਫਿਰ ਘਰ ਦੇ ਵੀ ਸ਼ਾਂਤ ਹੋ ਗਏ ਹੈ ਵੀ ਹੁਣ ਕੁਛ ਕਰ ਰਿਹਾ ਠੀਕ ਹੈ ਨਾ ਜਾਏ ਤਾਂ ਬਣ ਰਿਹਾ ਅੱਛਾ ਨਹੀਂ ਫਿਰ ਉਦੋਂ ਗਿਫਟ ਦੇ ਵਿੱਚ ਫਿਰ ਕੀ ਦੇਣਾ ਤੁਸੀਂ ਜਦੋਂ ਮੰਨ ਕੇ ਚਲੋ ਤੁਹਾਡੀ ਵਾਈਫ ਨੂੰ ਮੰਨ ਕੇ ਚਲੋ ਤੁਹਾਡਾ ਵਿਆਹ ਹੋ ਗਿਆ ਤੁਸੀਂ ਕਿਹਾ ਵੀ 4 ਪੈਸੇ ਵੀ ਆਉਣ ਲੱਗ ਪਏ ਫਿਰ ਪਤਾ ਹੁੰਦਾ ਸੀ ਵੀ ਹੁਣ ਸ਼ੂਟਿੰਗ ਤੇ ਤਾਂ 10 ਦਿਨ ਲੱਗ ਗਏ ਵੀ ਜਦੋਂ ਜਾਵਾਂਗੇ ਤਾਂ ਘਰ ਵਾਲੀ ਨੇ ਗੁੱਸੇ ਹੋਣਾ ਫਿਰ ਉਦੋਂ ਕਿਹੜਾ ਤੋਹਫਾ ਲਿਜਾ ਕੇ ਫਿਰ ਤੁਸੀਂ ਕਹਿੰਦੇ ਸੀ ਆ ਪਰਦੇ ਜਿਹਾ ਫੜਾ ਦਿੰਦੇ ਸੀ ਵੀ ਚਲੋ ਜੀ ਫਿਰ ਸਾਰੇ ਹੱਸਦੇ ਹੀ ਬਾਹਰ ਆਉਂਦੇ ਸੀ ਉਹਦਾ ਖੈਰ ਉਹਨੂੰ ਤਾਂ ਕਿਸੇ ਚੀਜ਼ ਦੀ ਮੈਂ ਕਮੀ ਨੀ ਰਹਿਣ ਦਿੱਤੀ ਤੇ ਗੱਲ ਇਹ ਆ ਵੀ ਕੁਰਬਾਨੀ ਉਹ ਭਾਗਾਂ ਵਾਲੀ ਦੀ ਵੀ ਬੜੀ ਵੱਡੀ ਹੈ ਤੇ ਉਹਨੇ ਮੇਰਾ ਬਹੁਤ ਸਾਥ ਦਿੱਤਾ ਔਰ ਹੁਣ ਵੀ ਸਾਥ ਜਿਹੜਾ ਉਹ ਮਤਲਬ ਦੇ ਰਹੀ ਹੈ ਪੂਰਾ ਮੈਂ ਸਮਝਦਾ ਵੀ ਜਿਸ ਬੰਦੇ ਨੂੰ ਘਰ ਵੱਲੋਂ ਤੇ ਘਰ ਵਾਲੀ ਵੱਲੋਂ ਠੰਡੀ ਹਵਾ ਆਉਂਦੀ ਹੈ ਨਾ ਬਸ ਉਹਦੀ ਲਾਈਫ ਜੀਂਗਾ ਲਾ ਲਾ ਅੱਛਾ ਤੇ ਲਾਈਫ ਤਾਂ ਠੀਕ ਹੈ ਪਰ ਜਦੋਂ ਤੁਸੀਂ ਛੜੇ ਵਾਲਾ ਕਰੈਕਟਰ ਕਰਦੇ ਹੋ
ਉਦੋਂ ਬੜਾ ਤੁਹਾਡੇ ਅੰਦਰ ਦਾ ਜਿਹੜਾ ਕਲਾਕਾਰ ਬਾਹਰ ਆਉਂਦਾ, ਕਹਿੰਦੇ ਕਿਸੇ ਜਨਾਨੀ ਨੇ ਜਾਂ ਕਿਸੇ ਔਰਤ ਨੇ ਨੀ ਕਿਹਾ ਵੀ ਤੁਹਾਨੂੰ ਜਦੋਂ ਓਰਿਜਨਲ ਲਾਈਫ ਦੇ ਵਿੱਚ ਵੇਖਦੇ ਆ, ਜਾਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਸੋਨੇ ਦੀ ਦੁਕਾਨ, ਤਾਂ ਫਿਰ ਬੀਬੀਆਂ ਡਰਦੀਆਂ ਜਿਹੀਆਂ ਪੁੱਛਦੀਆਂ ਹੋਣੀਆਂ ਵੀ ਬਾਈ ਰਿਸ਼ਤਾ ਰੁਸ਼ਤਾ ਕਰਾ ਦਈਏ ਕਿਤੋਂ ਆਸੇ ਪਾਸੇ। ਮੈਂ ਕਿਹਾ ਜੀ ਤੁਸੀਂ ਪੁੱਛੋ ਨਾ, ਗੱਲ ਛੜੇ ਦੀ ਤਾਂ ਹੀ ਹੁੰਦੀ ਹੈ ਵੀ ਜਦੋਂ ਬੰਦਾ ਵਿਆਹਿਆ ਜਾਂਦਾ, ਉਹਨੂੰ ਵਿਆਹੇ ਨੂੰ ਜਦੋਂ 5-7-10 ਸਾਲ ਹੋ ਜਾਂਦੇ ਆ, ਫਿਰ ਉਹਦਾ ਜੀ ਕਰਦਾ ਵੀ ਯਾਰ ਜੇ ਛੜੇ ਹੁੰਦੇ ਨਜ਼ਾਰਾ ਆ ਜਾਂਦਾ, ਹਨਾ। ਤੇ ਉਹ ਹੁਣ ਫਿਲਮ ਚ ਰੋਲ ਕਰਕੇ ਸੰਤੁਸ਼ਟੀ ਪ੍ਰਾਪਤ ਕਰ ਲਈਦੀ ਹੈ। ਤੇ ਬਾਕੀ ਜਿਹੜਾ ਇਹ ਪੁੱਛਦੀਆਂ ਬਾਕੀ ਬੁੜੀਆਂ, ਮੈਂ ਕਈ ਵਾਰ ਗੱਲ ਸੁਣਾਉਣਾ ਵੀ ਹੁੰਦਾ ਇਹ, ਤੇ ਵੀ ਉਹ ਬੁੜੀ ਮੈਨੂੰ ਇੱਕ ਆਪਣਾ ਮਿਲੀ ਤਾਂ ਕਹਿੰਦੀ ਬਾਈ ਇੱਕ ਗੱਲ ਪੁੱਛਾਂ। ਮੈਂ ਕਿਹਾ ਪੁੱਛੋ। ਅੱਛਾ ਤੇ ਵੀ ਤੂੰ ਆਹਦੀ ਸੱਚੀ ਮੁੱਚੀ ਸੜਾ ਹੈ? ਤੇ ਮੈਂ ਕਿਹਾ ਜੀ ਮੈਂ ਕਿਹਾ ਵੀ ਨਹੀਂ, ਮੈਂ ਕਿਹਾ ਨਹੀਂ ਜੀ ਨਹੀਂ, ਮੈਂ ਛੜਾ ਨੀ, ਮੈਂ ਵਿਆਹਿਆ ਵਰਿਆ, ਦੋ ਬੇਟੇ ਆ ਮੇਰੇ, ਉਹੀ ਕਰਦਾ, ਮੈਨੂੰ ਸਾਰਾ ਪਤਾ ਛੜਾ ਹੀ ਆ ਤੂੰ। ਮੈਂ ਕਿਹਾ ਨਹੀਂ ਨਹੀਂ, ਮੈਂ ਤੁਹਾਨੂੰ ਕਿਹਾ। ਕਹਿੰਦੀ ਮੈਂ ਤਾਂ ਬੰਦੇ ਦੀ ਅੱਖ ਦੇਖ ਕੇ ਪਛਾਣ ਜਾਨੀ ਆ ਵੀ ਇਹ ਬੰਦਾ ਛੜਾ। ਮੈਂ ਕਿਹਾ ਅੱਖ ਦੇਖ ਕੇ ਸਹਿਣ ਜਾਂਦੇ? ਮੈਂ ਉਹ ਕਿਵੇਂ ਬਈ? ਕਹਿੰਦੀ ਅਖੇ ਵੀ ਜਿਹੜੀ ਨਾ ਆਪਣਾ ਵੀ ਮਤਲਬ ਛੜੇ ਬੰਦੇ ਦੀ ਬਾਈ ਜਿਹੜੀ ਅੱਖ ਹੁੰਦੀ ਆ ਨਾ, ਉਹ ਮਤਲਬ ਵੀ ਅੱਖ ਨਾ ਲੁੱਚੀ ਜੀ ਅੱਖ ਹੁੰਦੀ ਹੈ, ਉਹ ਤੇਰੀ ਹੈਗੀ ਆ ਦੀ, ਉਹ ਤੇਰਾ ਭਲਾ ਹੋ ਜੇ। ਛੜੇ ਵਾਲੀਆਂ ਵੀ ਇਸ ਤਰ੍ਹਾਂ ਵੀ ਹਜੇ ਲੋਕਾਂ ਨੂੰ ਇਹ ਵਹਿਮ ਹੈ, ਲੋਕਾਂ ਨੂੰ ਇਹ ਭੁਲੇਖ ਹੈ ਕਿ ਜਿਹੜਾ ਹਜੇ ਇਹ ਛੜਾ ਹੀ ਆ ਯਾਰ, ਜਿਹੜਾ ਛੜੇ ਦੇ ਰੋਲ ਤੇ ਇਹਨੂੰ ਲੈਂਦੇ ਆ ਵਾਰੀ ਵਾਰੀ, ਇਹ ਲੱਗਦਾ ਵੀ ਇਹ ਛੜਾ ਹੀ ਹੈ। ਤੇ ਫਿਰ ਐ ਵੀ ਕਦੇ ਕਦੇ ਪੁੱਛਣ ਤਾਂ ਲੱਗ ਹੀ ਪੈਂਦੀਆਂ ਹੋਣੀਆਂ ਬੀਬੀਆਂ, ਪਰ ਹੁਣ ਤਾਂ ਚਲੋ ਬਹੁਤ ਲੋਕਾਂ ਨੂੰ ਕਲੀਅਰ ਹੋ ਜਾਊਗਾ ਵੀ ਭਾਜੀ ਦੇ ਦੋ ਬੇਟੇ ਆ, ਬਾਈ ਵਿਆਹ ਹੋਇਆ ਵਾ, ਹੁਣ ਪੁੱਛਣ ਘੱਟ ਜਾਣਗੇ। ਹਾਂ ਬਸ ਹੁਣ ਤਾਂ ਲੋਕਾਂ ਨੂੰ ਕੁਛ ਪਤਾ ਵੀ ਲੱਗ ਗਿਆ, ਕਿਉਂਕਿ ਮੈਂ ਅਕਸਰ ਮੀਡੀਆ ਤੇ ਜਿਹੜਾ ਪਾਉਂਦਾ ਹੀ ਰਹਿੰਦਾ ਕਿ ਮੇਰੇ ਬੇਟੇ ਇਹਨਾਂ ਦਾ ਜਨਮ ਦਿਨ ਅੱਜ ਹੈ ਨਾ, ਤੇ ਇਹ ਮੇਰੇ ਮੈਸੇਜ ਹੈ, ਤੁਹਾਡੇ ਆਪਦੀ ਫੈਮਿਲੀ ਦੀ ਵੀ ਪਾਉਂਦੇ ਰਹਿੰਦੇ ਹੈ, ਤੇ ਬਸ ਫਿਰ ਉਹ ਇਹਦੇ ਨਾਲ ਲੋਕਾਂ ਦਾ। ਪਰ ਫਿਰ ਵੀ ਜਿਹਨਾਂ ਦੇ ਜਿਹੜੇ ਮੀਡੀਆ ਨਾਲ ਇੰਨਾ ਨਹੀਂ ਜੁੜੇ, ਤਾਂ ਇਹ ਜ਼ਰੂਰੀ ਨਹੀਂ ਕਿ ਜੋ ਤੁਸੀਂ ਮੀਡੀਆ ਦੇ ਉੱਪਰ ਪਾਇਆ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਪਾਇਆ ਤਾਂ ਉਹ ਹਰ ਬੰਦਾ ਹੀ ਦੇਖੂਗਾ, ਨਹੀਂ ਵੀ ਕਈ ਦੇਖਦੇ ਗਾ ਜਿਹੜੇ ਪਿੰਡਾਂ ਦੇ ਵਿੱਚ ਆ, ਤਾਂ ਉਹਨਾਂ ਨੂੰ ਤਾਂ ਹਜੇ ਆਈ ਹੈ ਵੀ ਇਹ ਪਤਾ ਨੀ ਕੌਣ ਹੈ ਕਿੱਥੋਂ ਕਿਵੇਂ। ਹੁਣ ਮੈਂ ਜਦੋਂ ਕਈ ਵਾਰੀ ਆਪਦੀ ਸ਼ੋਪ ਤੇ ਬਹਿ ਜਾਂਦਾ ਜਾ ਕੇ ਕੋਟਕਪੂਰੇ, ਤੇ ਉਦੋਂ ਫਿਰ ਉਹ ਸਾਰੀਆਂ ਉੱਥੇ ਕੋਈ ਫੋਟੋ ਖਿਚਾਉਣ ਆ ਰਿਹਾ, ਕੋਈ ਮਤਲਬ ਮਿਲਣ ਆ ਰਿਹਾ, ਫਿਰ ਗੱਲਬਾਤ ਕਰਦੇ ਆ, ਫਿਰ ਉਹ ਵੀ ਗਾਹ ਤੇਰੇ ਵਾਂਗੂ ਇੰਟਰਵਿਊ ਲੈਣ ਲੱਗ ਜਾਂਦੇ, ਬਾਈ ਜੀ ਫਿਰ ਤੁਸੀਂ ਇਹ ਕੰਮ ਕਦੋਂ ਸ਼ੁਰੂ ਕੀਤਾ ਹੈ ਜੀ? ਫਿਰ ਕਈ ਤਾਂ ਆ ਕੇ ਪੁੱਛਦੇ ਆ, ਤੇ ਆਪਣਾ ਯਾਰ ਪੈਸਾ ਪੂਸਾ ਤੁਹਾਨੂੰ ਚੰਗਾ ਬਣ ਜਾਂਦਾ ਫਿਰ ਇਹਦੇ ਚ? ਮੈਂ ਕਿਹਾ ਜੀ ਵੀ ਪੈਸਾ ਬਹੁਤ ਹੈ। ਅੱਛਾ ਤੇ ਯਾਰ ਸਾਡੇ ਵਾਲੇ ਦੋ ਵਿਹਲੇ ਫਿਰਦੇ, ਉਹਨਾਂ ਨੂੰ ਲੈ ਜਾ ਹੈਂ। ਮੈਂ ਕਿਹਾ ਮਹਾਰਾਜ ਵਿਹਲੇ ਫਿਰਦੇ ਆਏ ਨੀ, ਅਸੀਂ ਜ਼ਿੰਦਗੀਆਂ ਗਵਾਈਆਂ, ਜ਼ਿੰਦਗੀਆਂ ਲਾਈਆਂ, ਇੱਥੇ ਦਾਅ ਤੇ ਲਾਈ ਹੈ ਜ਼ਿੰਦਗੀ, ਤਾਂ ਮੈਂ ਕਿਹਾ ਆ ਕੇ ਇਹ ਗੱਲ ਬਣਦੀ ਹੈ। ਅੱਛਾ ਠੀਕ ਹੈ ਫਿਰ ਆਓ ਵੀ। ਮੈਂ ਕਿਹਾ ਮੈਂ ਤਾਂ ਕਿਤੇ ਆਈ ਮਿਲ ਜਾਂਦਾ ਯਾਰ ਕੰਮ, ਇਹੋ ਜਿਹੀ ਆਈ ਬਹੁਤ, ਮੈਂ ਜ਼ਿੰਦਗੀ ਗਵਾਉਣੀ ਪੈਂਦੀ ਹੈ, ਦਾਅ ਤੇ ਲਾਉਣੀ ਪੈਂਦੀ ਹੈ। ਅੱਛਾ ਹਾਂ, ਫਿਰ ਬਾਜ਼ੀ ਮਾਰ ਆਉਂਦੀ ਹੱਥ। ਕਈ ਲੋਕ ਇਹ ਵੀ ਕਹਿੰਦੇ ਵੀ ਗੁਰਮੀਤ ਸਾਜਨ ਸ਼ਾਇਦ ਤਾਂ ਦੁਕਾਨ ਤੇ ਬੈਠਦਾ ਵੀ ਜਿਹੜਾ ਮਿਲ ਆਉਂਦਾ ਉਹਦੇ ਉਂਗਲੀ ਉਂਗਲੀ ਛਾਪ ਵੀ ਪਾ ਦਿੰਦਾ, ਨਾਲੇ ਕਹਿੰਦਾ ਵੀ ਚੱਲ ਪੈਸੇ ਤਾਂ ਇੱਧਰੋਂ ਵੀ ਬਣ ਜਾਣਗੇ। ਦੇਖੋ ਗੱਲ ਇਹ ਹੈ ਵੀ ਜਿਹੜਾ ਪਿਤਾ ਪੁਰਖੀ ਕੰਮ ਹੈ, ਇਹ ਹਰ ਬੰਦੇ ਨੂੰ ਆਉਣਾ ਚਾਹੀਦਾ, ਜ਼ਰੂਰੀ ਹੈ। ਉਹਦੇ ਚ ਕੋਈ ਸੰਗ ਨਾ ਮੰਨੋ ਕਿ ਯਾਰ ਨਹੀਂ ਨਹੀਂ ਮੈਂ ਤਾਂ ਪੜ੍ਹਿਆ ਲਿਖਿਆ ਤੇ ਮੈਂ ਯਾਰ ਮੈਂ ਇਹ ਕੰਮ ਕਰੂੰਗਾ, ਨਹੀਂ। ਕੰਮ ਜ਼ਰੂਰ ਸਿੱਖੋ, ਕੰਮ ਜੋ ਹੋਰ ਮਰਜ਼ੀ ਕਰ ਲਓ, ਪਰ ਜਿਹੜਾ ਤੁਹਾਡਾ ਪਿਤਾ ਪੁਰਖੀ ਕੰਮ ਹੈ ਉਹ ਤੁਸੀਂ ਜ਼ਰੂਰ ਸਿੱਖੋ, ਬਹੁਤਾ ਸਿੱਖੋ ਥੋੜਾ ਸਿੱਖੋ, ਸਿੱਖੋ ਜ਼ਰੂਰ, ਤੁਹਾਡੇ ਉਹ ਹੱਥ ਵਿੱਚ ਗੁਰ ਹੋਣਾ ਚਾਹੀਦਾ, ਜ਼ਿੰਦਗੀ 'ਚ ਤੁਹਾਡੇ ਉਹ ਕਿਸੇ ਵੇਲੇ ਵੀ ਕੰਮ ਆ ਸਕਦਾ, ਤੁਸੀਂ ਕਿਸੇ ਵੇਲੇ ਵੀ ਉਹ ਤੋਂ ਕੰਮ ਲੈ ਸਕਦੇ ਹੋ। ਸੋ ਇਸ ਕਰਕੇ ਜਿਹੜਾ ਪਿਤਾ ਪੁਰਖੀ ਕੰਮ ਹੈ ਉਹ ਮੈਨੂੰ ਆਉਂਦਾ, ਸੋ ਮੈਂ ਜਿਹੜਾ ਜਾ ਕੇ ਸ਼ੋਪ ਤੇ ਬੈਠਦਾ ਤਾਂ ਫਿਰ ਛੱਲੇ ਮੁੰਦੀਆਂ ਵੀ ਪਾਈ ਦੀਆਂ, ਕੋਕੇ ਵੀ ਪਾਈ ਦੇ ਹੈ, ਹੈਨਾ। ਸੋ ਸਭ ਐ ਜਿਹੜੇ ਖੁਸ਼ ਹੋ ਕੇ ਜਾਂਦੇ ਸਾਰੇ ਗਾਹਕ, ਔਰ ਇਹ ਵੀ ਤਾਂ ਹੋ ਜਾਂਦਾ ਕਿ ਆਹ ਮੈਂ ਜਿਹੜੀ ਚੀਜ਼ ਹੈ ਮੈਂ ਗੁਰਮੀਤ ਸਾਜਨ ਤੋਂ ਫਿਲਮਾਂ ਵਾਲੇ ਤੋਂ ਲੈ ਕੇ ਆਈ ਹਾਂ, ਪੋਪੜ ਤੋਂ ਜਾਂ ਛੜੇ ਤਾਏ ਤੋਂ, ਉਹ ਤੋਂ ਲੈ ਕੇ ਆਈ। ਲੰਡਿਆਣੇ ਦੀ ਦੁਕਾਨ ਵਾਜੀ? ਹਾਂ ਲੰਡਿਆਣੇ ਦੀ ਦੁਕਾਨ, ਲੰਡਿਆਣੇ ਦੀ ਦੁਕਾਨ ਕੋਟ ਕਪੂਰਾ, ਸ਼ਾਸਤਰੀ ਮਾਰਕੀਟ, ਸ਼ਾਸਤਰੀ ਮਾਰਕੀਟ, ਬਿਲਕੁਲ ਜੀ ਬਿਲਕੁਲ। ਤੇ ਕਦੇ ਜਿਹੜੇ ਸੁਨਿਆਰੇ ਹੁੰਦੇ ਨੇ ਉਹ ਨਗ ਨੁਗ ਜੇ ਵੀ ਬੜੇ ਕਰਦੇ ਹੁੰਦੇ ਨੇ ਵੀ ਨੀਲਮ ਨਗ ਇਹ ਠੰਡਾ ਹੁੰਦਾ ਐ ਕੁਛ, ਤੁਹਾਡੇ ਕੋਲੇ ਵੀ ਫਿਰ ਆ ਜਾਂਦੇ ਨੇ ਕਿ ਠੰਡਾ ਰੱਖ? ਦੇਖੋ ਜੀ ਗੱਲ ਇਹ ਹੈ ਵੀ ਆਉਂਦੇ ਆ, ਠੀਕ ਹੈ, ਪਰ ਸੱਚੀ ਮੁੱਚੀ ਮੈਂ ਤੁਹਾਨੂੰ ਦੱਸਦਾ, ਮੈਂ ਉਹਨੂੰ ਕਹਿਣ ਆਉਂਦਾ ਮੈਂ ਦੇਖੋ ਆਹ ਨਗ ਮੇਰੇ ਵੀ ਪਾਇਆ, ਠੀਕ ਹੈ, ਐਸੀ ਨੀ ਗੱਲ ਮੈਂ ਤੁਹਾਨੂੰ ਕਹੀ ਜਾਵਾਂ, ਮੇਰੇ ਵੀ ਪਾਇਆ। ਮੈਂ ਕਿਹਾ ਮੈਂ ਤਾਂ ਪਾ ਲਿਆ ਸੀ ਘਰਦਿਆਂ ਦੇ ਵੀ ਆ ਪਾ ਤੂੰ ਇਹ, ਤੇ ਮੈਂ ਮੈਨੂੰ ਆਏ ਸੀ ਵੀ ਨਾਲ ਸੋਨੇ ਦੀ ਛਾਪ ਵੀ ਮਿਲ ਰਹੀ ਹੈ, ਮੈਂ ਕਿਹਾ ਪਾ ਦਿਓ ਪਾ ਦਿਓ।
ਲਿਓ ਪਾ ਲੈਣੇ ਆ ਪਰ ਮੈਂ ਕਿਹਾ ਵੀ ਇਹਦੇ ਵਿੱਚ ਮਖਣ ਕੁਛ ਨਹੀਂ ਹੈ ਹਨਾ ਸਮੇਂ ਦੀ ਗੱਲ ਹੁੰਦੀ ਹੈ ਸਮੇਂ ਦੇ ਜਦੋਂ ਕੋਈ ਸਮਾਂ ਸਾਡੇ ਤੇ ਉਹੋ ਜਿਹਾ ਆਉਂਦਾ ਤਾਂ ਤੁਸੀਂ ਜਿਹੜਾ ਸਮੇਂ ਦੇ ਨਾਲ ਪਹਿਲੀ ਗੱਲ ਤਾਂ ਜਿਵੇਂ ਪਹਿਲਾਂ ਆਪਾਂ ਗੱਲ ਹੋ ਕੇ ਡੇ ਆ ਕਿ ਸ਼ਾਂਤ ਹੋ ਜਾਓ ਕੋਈ ਪ੍ਰੋਬਲਮ ਆਉਂਦੀ ਹੈ ਨਾ ਤਾਂ ਸ਼ਾਂਤ ਹੋ ਜਾਓ ਹੜਬੜਾਓ ਨਾ ਘਬਰਾਓ ਨਾ ਹੱਥ ਪੈਰ ਨਾ ਮਾਰੋ ਜਦੋਂ ਕੋਈ ਪ੍ਰੋਬਲਮ ਆ ਗਈ ਹੈ ਸ਼ਾਂਤ ਹੋ ਜਾਓ ਸ਼ਾਂਤ ਬਹਿ ਕੇ ਉਹਦਾ ਹੱਲ ਸੋਚੋ ਹਨਾ ਤੇ ਜੋ ਜੇ ਇਸ ਤਰ੍ਹਾਂ ਕੋਈ ਨਗਾ ਨੁਗਾ ਨਾਲ ਜਾਂ ਕੋਈ ਹੋਰ ਇਹਨਾਂ ਚੀਜ਼ਾਂ ਨਾਲ ਕੋਈ ਜ਼ਿੰਦਗੀ ਸੰਵਰਦੀ ਹੁੰਦੀ ਤਾਂ ਫਿਰ ਤਾਂ ਕੋਈ ਦੁਖੀ ਨਾ ਹੁੰਦਾ ਹਨਾ ਸੋ ਐਸਾ ਨਹੀਂ ਜੋ ਜਿਸ ਇਸ਼ਟ ਨੂੰ ਮੰਨਦਾ ਉਹ ਉਸ ਇਸ਼ਟ ਨੂੰ ਮੰਨੇ ਕਾਕਾ ਜੀ ਫਿਲਮ ਦੇ ਵਿੱਚ ਤੁਹਾਡਾ ਇੱਕ ਬੜਾ ਪਿਆਰਾ ਜਿਹਾ ਕਰੈਕਟਰ ਹੈ ਜਿਸ ਚ ਤੁਸੀਂ ਕਹਿੰਦੇ ਸ਼ਾਂਤੀ ਦੇਵੀ ਭਰ ਜਾਈ ਸਤਿ ਸ੍ਰੀ ਅਕਾਲ ਉਹ ਬੜਾ ਜਿਹਾ ਮੈਂ ਕਹਿੰਦਾ ਸਾਂਝਾ ਕਰੋ ਵੀ ਉਹ ਕਰੈਕਟਰ ਤੁਹਾਡੇ ਹਿੱਸੇ ਕਿਵੇਂ ਆਇਆ ਮੈਨੂੰ ਤਾਂ ਪਤਾ ਨੀ ਫਿਰ ਆਪਣਾ ਜਦੋਂ ਉਹਨਾਂ ਨੇ ਬੁਲਾਇਆ ਵੀ ਇਸ ਤਰ੍ਹਾਂ ਦਾ ਕਰੈਕਟਰ ਹੈ ਵੀ ਛੜੇ ਦਾ ਹੀ ਕਰੈਕਟਰ ਹੈ ਤੇ ਮੈਂ ਕਿਹਾ ਵੀ ਜ਼ਾਹਿਰ ਹੈ ਕੁਛ ਨਾ ਕੁਛ ਤਾਂ ਕਰਨ ਵਾਸਤੇ ਹੋਊਗਾ ਹੀ ਉਹਦੇ ਵਿੱਚ ਸੋ ਉਹ ਫਿਰ ਜਿੰਨੇ ਕੁ ਸੀਨ ਸਾਰੇ ਦਿਖਾਏ ਤੇ ਜਿਹੜਾ ਆਹ ਭਰਜਾਈ ਵਾਲਾ ਸੀਨ ਤੁਸੀਂ ਦੇਖਿਆ ਹੀ ਸੀ ਤੇ ਉਹਨੂੰ ਮਤਲਬ ਜਦੋਂ ਐਕਟਰ ਰਾਈਟਰ ਡਾਇਰੈਕਟਰ ਜਦੋਂ ਬੈਠਦੇ ਹੈ ਹਨਾ ਤਾਂ ਫਿਰ ਉਹ ਸੀਨ ਦਾ ਜਿਹੜਾ ਰੰਗ ਹੈ ਉਹ ਹੋਰ ਦਾ ਹੋਰ ਬਣਦਾ 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 ਬਣ ਜਾਂਦਾ ਹਨਾ ਤੇ ਫਿਰ ਜਦੋਂ ਮਤਲਬ ਚੱਲਦਾ ਇਹ ਤਾਂ ਜ਼ਾਹਿਰ ਹੈ ਵੀ ਜਦੋਂ ਸਾਰੇ ਆਰਟਿਸਟ ਵਧੀਆ ਹੋਣ ਤਾਂ ਉਹ ਸੀਨ ਨੂੰ ਫਿਰ ਚਾਰ ਚੰਦ ਲੱਗ ਜਾਂਦੇ ਉਹ ਜੇ ਸੁਣਾਓ ਮਾੜਾ ਜਿਹਾ ਉਹ ਕਰੈਕਟਰ ਬੜਾ ਕਮਾਲ ਦਾ ਸ਼ਾਂਤੀ ਦੇਵੀ ਭਜਾਈ ਸਤਿ ਸ੍ਰੀ ਅਕਾਲ ਮੈਨੂੰ ਕੁਛ ਯਾਦ ਵੀ ਨਹੀਂ ਉਹ ਆਹੋ ਸਾਰਾ ਉਹ ਨਾਲ ਪਿੱਛੇ ਪਿੱਛੇ ਜੇ ਗਾਉਂਦਾ ਆਉਂਦਾ ਮੈਂ ਕਿਹਾ ਸਤਿ ਸ੍ਰੀ ਅਕਾਲ ਭਰਜਾਈ ਕੀ ਹਾਲ ਚਾਲ ਹੈ ਉਹਦੀ ਫਿਰ ਠੀਕ ਹੈ ਤੂੰ ਸੁਣਾ ਤੇਰਾ ਕਿਵੇਂ ਹੈ ਕਹਿੰਦਾ ਭਰਜਾਈ ਰੋਟੀ ਨਹੀਂ ਪੱਕਦੀ ਹੈ ਉਹਦੀ ਰੋਟੀ ਨੀ ਪੱਕਦੀ ਹਾਂ ਜੇ ਤੂੰ ਚਾਹੇ ਰੋਟੀ ਬੋਲਿਆ ਮੈਨੂੰ ਯਾਦ ਨੀ ਹੈ ਮੈਨੂੰ ਯਾਦ ਨੀ ਅੱਛਾ ਪੁਰਾਣੀਆਂ ਜਦੋਂ ਇੱਕਦਮ ਫਿਲਮਾਂ ਬਣਨ ਲੱਗੀਆਂ ਜਦੋਂ ਅੰਗਰੇਜ਼ ਆਈ ਫਿਰ ਉਸ ਤੋਂ ਬਾਅਦ ਲਵ ਪੰਜਾਬ ਆਈ ਤਾਂ ਉਹ ਦੌਰ ਨੇ ਪੁਰਾਣੇ ਕਲਾਕਾਰਾਂ ਨੂੰ ਬਹੁਤ ਚੱਕਿਆ ਹਾਂ ਮੈਂ ਸਮਝਦਾ ਵੀ ਜਿਵੇਂ ਅੰਗਰੇਜ਼ ਫਿਲਮ ਦੇ ਵਿੱਚ ਹੁਣ ਆਪਣਾ ਸਿਮਰਜੀਤ ਭਾਜੀ ਨੇ ਤਾਂ ਜਿਹੜਾ ਕਰੈਕਟਰ ਮਤਲਬ ਸੀਗਾ ਤਾਂ ਹਾਲਾਂਕਿ ਮੇਰੇ ਕੋਈ ਉਹਦੇ ਚ ਇੱਕ ਦੋ ਸੀਨ ਹੀ ਸੀਗੇ ਅਮਰਦੀਪ ਨੇ ਮੈਨੂੰ ਦੱਸਿਆ ਵੀ ਦੋ ਸੀਨ ਹੀ ਸੀ ਫੋਪੜ ਦੇ ਫਿਰ ਜਦੋਂ ਤੇਰਾ ਦੇਖਿਆ ਕਰੈਕਟਰ ਜਾ ਤੇ ਫਿਰ ਉਹਨੂੰ ਹੋਰ ਵਧਾ ਦਿੱਤਾ ਗਿਆ ਅੱਗੇ ਹਨਾ ਉਹਦੇ ਉਹਦੇ ਸੀਨ ਵਧਾ ਦਿੱਤੇ ਗਏ ਤੇ ਤਾਂ ਫਿਰ ਥੋੜਾ ਜਿਹਾ ਉਹ ਇੱਕ ਅਹਿਮ ਰੋਲ ਜਿਹੜਾ ਬਣ ਗਿਆ ਉਹ ਤੇ ਬਾਕੀ ਤਾਂ ਫਿਰ ਹੌਲੀ ਸੋਲੀ ਜਿਹੜੀ ਫਿਲਮ ਸੀ ਜਦੋਂ ਫਿਲਮ ਕੋਈ ਵੀ ਸੁਪਰ ਡੁਪਰ ਹਿੱਟ ਹੁੰਦੀ ਹੈ ਹਨਾ ਤਾਂ ਉਹਦਾ ਹਰ ਪਾਤਰ ਜਿਹਨੇ ਨਹੀਂ ਵੀ ਡਾਇਲੋਗ ਬੋਲਿਆ ਹੁੰਦਾ ਉਹ ਵੀ ਉਹਦਾ ਜਿਹੜਾ ਪਾਤਰ ਸੀ ਸਾਰੇ ਫਿਲਮ ਇੰਡਸਟਰੀ 'ਚ ਚੱਲ ਗਏ ਪੂਰੇ ਉਹਨਾਂ ਨੂੰ ਅੱਜ ਉਹ ਵਧੀਆ ਕੰਮ ਕਰ ਰਹੇ ਆ ਸਾਰੇ ਇੰਡਸਟਰੀ ਬਾਰੇ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਇੱਥੇ ਉਹੋ ਜਿਹੀਆਂ ਫਿਲਮਾਂ ਬਣਦੀਆਂ ਵੀ ਜਿਹਦੇ 'ਚ ਤਿੰਨ ਚਾਰ ਭੂਆ ਦੋ ਚਾਰ ਮਾਸੀਆਂ ਮੁੰਡਾ ਕੁੜੀ ਜ਼ਿਮੀਂਦਾਰਾਂ ਦੇ ਆ ਬਸ ਐਂਡ 'ਤੇ ਉਹਨਾਂ ਦਾ ਵਿਆਹ ਕਰਾਉਣਾ ਤੁਸੀਂ ਇਹਨਾਂ ਫਿਲਮਾਂ ਦਾ ਹਿੱਸਾ ਬਣ ਕੇ ਕਿਵੇਂ ਜਿਹੇ ਮਹਿਸੂਸ ਕਰਦੇ ਹੋ ਅੱਜ ਕੱਲ੍ਹ ਵੀ ਉਹੀ ਲਗਾਤਾਰ ਇੱਕੋ ਜਿਹਾ ਸਬਜੈਕਟ ਜਦੋਂ ਰਿਪੀਟ ਹੁੰਦਾ ਅਸਲ ਵਿੱਚ ਕੋਈ ਵੀ ਬੰਦਾ ਜਦ ਫਿਲਮ ਬਣਾਉਂਦਾ ਨਾ ਤਾਂ ਉਹਨੂੰ ਯਾਰ ਇਹ ਹੁੰਦਾ ਵੀ ਜਿਹੜੀ ਮੈਂ ਫਿਲਮ ਬਣਾ ਰਿਹਾ ਬਸ ਇਹ ਮੁਗਲੇ ਆਜ਼ਮੀ ਹੈ ਹਨਾ ਪਰ ਜਦੋਂ ਬਣ ਕੇ ਦਰਸ਼ਕਾਂ ਦੇ ਸਾਹਮਣੇ ਆਉਂਦੀ ਹੈ ਦਰਸ਼ਕ ਫਿਰ ਉਹਦਾ ਫੈਸਲਾ ਕਰਦੇ ਆ ਅਸੀਂ ਨਹੀਂ ਗੱਲ ਕੋਈ ਮੇਰਾ ਖਿਆਲ ਆ ਵੀ ਪਿਛਲੇ ਟਾਈਮ ਤੋਂ ਜਿੰਨੀਆਂ ਕੁ ਫਿਲਮਾਂ ਆ ਰਹੀਆਂ ਸਾਰੀਆਂ ਸੁਪਰ ਡੁਪਰ ਹਿੱਟ ਜਾ ਰਹੀਆਂ ਅਸੀਂ ਬਹੁਤ ਅੱਛਾ ਲੋਕਾਂ ਦਾ ਜਿਹੜਾ ਰੁਝਾਨ ਹੈ ਸਿਨੇਮੇ ਵੱਲ ਨੂੰ ਫਿਰ ਮੁੜਿਆ ਤਾਂ ਹੁਣ ਜੋ ਵੀ ਫਿਲਮ ਬਣ ਰਹੀ ਹੈ ਅੱਛੇ ਸਬਜੈਕਟ ਤੇ ਬਣ ਰਹੀ ਹੈ ਕਿਉਂਕਿ ਹਰ ਬੰਦੇ ਨੂੰ ਪ੍ਰੋਡਿਊਸਰ ਡਾਇਰੈਕਟਰ ਨੂੰ ਰਾਈਟਰ ਨੂੰ ਇਹ ਪਤਾ ਲੱਗ ਗਿਆ ਕਿ ਯਾਰ ਕੋਈ ਨਵੀਂ ਗੱਲ ਨਵਾਂ ਸਬਜੈਕਟ ਚੱਲਣਾ ਉਹੀ ਤੁਸੀਂ ਕੋਈ ਐਵੇਂ ਕੋਈ ਊਲ ਜਲੂਲ ਲਿਖ ਕੇ ਬੋਲ ਕੇ ਤੁਸੀਂ ਫਿਲਮ ਬਣਾਤੀ ਨਹੀਂ ਬਣਨੀ ਸੋ ਮੈਂ ਸਮਝਦਾ ਵੀ ਕੋਈ ਵੀ ਬੰਦੇ ਨੇ ਜਿਹਨੇ ਕਰੋੜਾਂ ਰੁਪਈਆ ਲਾਉਣਾ ਤਾਂ ਉਹ ਇਹੀ ਸੋਚਦਾ ਵੀ ਯਾਰ ਮਤਲਬ ਮੈਂ ਵਧੀਆ ਹੀ ਲਵਾਂ ਆਪਦੇ ਵੱਲੋਂ ਬੰਦਾ ਵਧੀਆ ਹੀ ਬਣਾਉਂਦਾ ਉਹ ਕਈ ਵਾਰੀ ਲਿਖੀ ਹੋਰ ਹੁੰਦੀ ਹੈ ਬਣਾਉਣੀ ਹੋਰ ਹੁੰਦੀ ਹੈ ਬਣ ਕੁਛ ਹੋਰ ਜਾਂਦਾ ਹਨਾ ਤੇ ਇਹ ਇਸ ਤਰ੍ਹਾਂ ਵੀ ਹੋ ਜਾਂਦਾ ਕਈ ਵਾਰੀ ਤੁਸੀਂ ਕੋਟਕਪੂਰੇ ਰਹਿੰਦੇ ਹੋ ਇੰਡਸਟਰੀ ਜਿਹੜੀ ਚੱਲਦੀ ਆ ਅੱਜ ਕੱਲ੍ਹ ਚੰਡੀਗੜ੍ਹ ਤੋਂ ਚੱਲਦੀ ਹੈ ਤਾਂ ਫਿਰ ਇੱਥੋਂ ਦਾ ਸਰਕਲ ਤੇ ਉੱਥੋਂ ਦਾ ਸਰਕਲ ਲੱਗਦਾ ਵੀ ਇੰਡਸਟਰੀ ਦੇ ਵਿੱਚ ਵੀ ਕਿਤੇ ਨਾ ਕਿਤੇ ਗਰੁੱਪਬਾਜ਼ੀ ਹੁੰਦੀ ਆ ਵੀ ਗੁਰਮੀਤ ਸਾਜਨ ਕੋਟਕਪੂਰੇ ਹੀ ਬੈਠਾ ਰਹਿ ਜਾਂਦਾ ਫਿਲਮਾਂ ਦੇ ਵਿੱਚ ਹੋਰ ਬੰਦੇ ਨੇ ਦੇਖੋ ਫਰਕ ਤਾਂ ਪੈਂਦਾ ਪੈਂਦਾ ਫਰਕ ਜਿਹੜਾ ਕੋਈ ਮੈਂ ਘੱਟੋ ਘੱਟ 3.5-4 ਘੰਟਿਆਂ ਦਾ ਰਨ ਹੈ ਮੇਰਾ ਹਨਾ ਤਾਂ ਫਰਕ ਤਾਂ ਪੈਂਦਾ ਕਈ ਵਾਰੀ ਤਾਂ ਇਸ ਤਰ੍ਹਾਂ ਫੋਨ ਆਉਂਦਾ ਕਿ ਭਾਈ ਤੁਸੀਂ ਚੰਡੀਗੜ੍ਹ ਹੀ ਹੋ ਤਾਂ ਪਲੀਜ਼ ਤੁਸੀਂ ਅੱਜ ਤੇ ਕੱਲ ਤੁਸੀਂ ਚਾਹੀਦੇ ਸੀ ਉਹ ਫਿਰ ਦੇਖਿਆ ਵੀ ਭਾਈ ਜਿਹੜਾ ਅੱਜ ਵਾਲਾ ਕੰਮ ਉਹ ਨਹੀਂ ਹੋਣਾ ਕੱਲ ਨੂੰ ਮੈਂ ਆ ਸਕਦਾ ਅੱਛਾ ਫਿਰ ਨਹੀਂ ਮਤਲਬ ਕਈ ਕੰਮ ਇਸ ਤਰ੍ਹਾਂ ਦੇ ਹੁੰਦੇ ਆ ਵਧੀਆ ਕੰਮ
ਵੀ ਜਿਹੜੇ ਤੁਹਾਡੇ ਹੱਥੋਂ ਨਿਕਲ ਜਾਂਦੇ ਵੀ ਤੁਸੀਂ ਜਿਹੜਾ ਉਹਦੀ ਉਹ ਜਦ ਫੋਨ ਕਰਦੇ ਤੁਸੀਂ ਉਹਦੀ ਨਹੀਂ ਪਹੁੰਚ ਪਾਉਂਦੇ ਤੇ ਇਹਦਾ ਹੁੰਦਾ ਹੈ ਬੰਦਾ ਵਿੱਚ ਬੈਠਾ ਹੋਵੇ ਨਾ ਜਿਹੜਾ ਦਰਿਆ ਦੇ ਵਿੱਚ ਬੈਠਾ ਹੋਵੇ ਜਿੱਥੇ ਪੂਰਾ ਹੈਗਾ ਗਾੜਾ ਇਸ ਚੀਜ਼ ਦਾ ਉਹਦਾ ਫਰਕ ਤਾਂ ਪੈਂਦਾ ਤੁਸੀਂ ਲੋਕਾਂ ਨੂੰ ਮਿਲਣਾ ਕਰਨਾ ਹਰ ਕਿਸੇ ਮੋੜ ਤੇ ਤੁਹਾਡੇ ਡਾਇਰੈਕਟਰ ਨੇ ਰਾਈਟਰ ਨੇ ਕਿਸੇ ਪ੍ਰੋਡਕਸ਼ਨ ਵਾਲੇ ਨੇ ਕਿਸੇ ਕੋਈ ਜਿਹੜਾ ਫਿਲਮ ਲਾਈਨ ਰਿਲੇਟਡ ਹੈ ਜਿਹੜਾ ਬੰਦਾ ਮਿਲਦਾ ਤੁਹਾਨੂੰ ਗੱਲਬਾਤ ਕਰਦੇ ਹੋ ਤੁਸੀਂ ਉੱਠਦੇ ਬਹਿੰਦੇ ਹੋ ਉਹਦੇ ਨਾਲ ਤਾਂ ਜ਼ਾਹਿਰ ਹੈ ਉਹ ਬੰਦਾ ਮਤਲਬ ਜਿਹੜਾ ਉਹਦੀ ਨਜ਼ਰ ਚ ਵੀ ਆ ਜਾਂਦਾ ਉਹਦੇ ਦਿਮਾਗ ਚ ਵੀ ਰਹਿੰਦਾ ਤਾਂ ਆਪਾਂ ਵੀ ਜਦੋਂ ਕੋਈ ਅਸੀਂ ਫਿਲਮ ਬਣਾਉਣੇ ਆ ਜਦੋਂ ਤਾਂ ਬਹੁਤ ਸਾਰੇ ਬੰਦੇ ਜਿਹੜੇ ਸਾਡੇ ਦਿਮਾਗ ਚ ਹੀ ਨੀ ਰਹਿੰਦੇ ਉਦੋਂ ਟੈਨਸ਼ਨ ਹੁੰਦੀ ਆ ਦਿਮਾਗ ਦੇ ਉੱਪਰ ਬਹੁਤ ਜ਼ਿਆਦਾ ਤੇ ਜਿਹੜਾ ਬੰਦਾ ਕੋਈ ਮਿਲਦਾ ਰਹਿੰਦਾ ਹੈਲੋ ਹਾਏ ਜੀ ਦੇ ਨਾਲ ਆਪਾਂ ਕਰਦੇ ਰਹਿੰਦੇ ਹਾਂ ਤਾਂ ਜ਼ਾਹਿਰ ਹੈ ਉਹ ਤੁਹਾਡੇ ਦਿਮਾਗ ਚ ਵੀ ਰਹਿੰਦਾ ਅਗਲਾ ਕੰਮ ਵਾਲਾ ਕੰਮ ਵੀ ਦੇ ਦਿੰਦਾ ਅੱਛਾ ਤੇ ਇੱਕ ਗੱਲ ਇਹ ਵੀ ਜ਼ਰੂਰੀ ਬਣਦੀ ਹੈ ਵੀ ਜਦੋਂ ਫਿਲਮਾਂ ਬਣਦੀਆਂ ਨੇ ਤਾਂ ਡਬਲ ਫੇਸ ਵੀ ਕਈ ਵਾਰੀ ਜਿਵੇਂ ਤੁਸੀਂ ਪ੍ਰੋਡਿਊਸਰ ਹੋ ਤੁਸੀਂ ਫਿਲਮਾਂ ਬਣਾਉਣੇ ਹੋ ਤੇ ਬਾਅਦ ਦੇ ਵਿੱਚ ਕਈ ਫਿਲਮਾਂ 'ਚ ਐਕਟ ਵੀ ਕਰਦੇ ਹੋ ਤਾਂ ਜਦੋਂ ਤੁਹਾਡੇ ਤੋਂ ਕਿਸੇ ਨੇ ਕੰਮ ਲੈਣਾ ਹੁੰਦਾ ਤਾਂ ਬੜੇ ਪਿਆਰ ਅਦਬ ਦੇ ਨਾਲ ਉਹ ਕਹਿੰਦਾ ਭਾਅ ਜੀ ਇੱਦਾਂ ਕਰਾਂਗੇ ਤੁਹਾਡੇ ਨਾਲ ਖੜਾਂਗੇ ਪਰ ਜਦੋਂ ਤੁਸੀਂ ਫਿਲਮ ਬਣਾਈ ਫਿਰ ਤੁਸੀਂ ਉਸ ਆਰਟਿਸਟ ਨੂੰ ਕਹਿੰਦੇ ਹੋ ਕਿ ਯਾਰ ਮੈਨੂੰ ਸਪੋਰਟ ਕਰ ਜਾਂ ਮੇਰੀ ਫਿਲਮ ਨੂੰ ਪ੍ਰਮੋਟ ਕਰ ਤੇ ਉਦੋਂ ਫਿਰ ਤੁਹਾਨੂੰ ਡਬਲ ਫੇਸ ਵੀ ਇੰਡਸਟਰੀ ਦਾ ਵੇਖਣਾ ਪੈਂਦਾ ਜਾਂ ਲੋਕ ਸਪੋਰਟ ਕਰਦੇ ਨੇ ਨਹੀਂ ਐਸੀ ਗੱਲ ਨਹੀਂ ਹੈ ਕੋਈ ਲੋਕ ਹੈ ਜਿਹੜੇ ਯਾਰ ਮਿੱਤਰ ਹੈ ਜਿੰਨੇ ਵੀ ਤਾਂ ਪਹਿਲੀ ਗੱਲ ਤਾਂ ਮੈਂ ਆਪਦੀ ਫਿਲਮ ਦੇ ਵਿੱਚ ਮੈਂ ਉਹਨਾਂ ਨੂੰ ਬੁਲਾਉਣਾ ਹੀ ਹੈ ਜਿੱਥੇ ਲੋੜ ਹੁੰਦੀ ਹੈ ਜਿੱਥੇ ਕੋਈ ਨਹੀਂ ਲੋੜ ਤਾਂ ਉੱਥੇ ਕੋਈ ਆਪਣੀ ਵਾਹ ਨਹੀਂ ਹੁੰਦੀ ਤਾਂ ਸਾਰੇ ਹੀ ਸਪੋਰਟ ਤਾਂ ਕਰਦੇ ਹੀ ਹੈ ਤੇ ਅੱਜ ਕੱਲ੍ਹ ਜਿਹੜੀ ਦੀਪ ਸਪੋਰਟ ਕਰਨ ਵਾਲੀ ਗੱਲ ਹੈ ਉਹ ਤਾਂ ਆਪਦੇ ਦਮ ਤੇ ਹੀ ਕਰਨੀ ਪੈਂਦੀ ਹੈ ਹਨਾ ਤੁਸੀਂ ਉਹਦਾ ਕੀ ਤਰੀਕਾ ਲੱਭਦੇ ਹੋ ਕਿਸ ਤਰ੍ਹਾਂ ਕਰਦੇ ਹੋ ਇਹ ਤਾਂ ਤੁਹਾਡੇ ਤੇ ਆਪਣੇ ਆਪ ਤੇ ਹੁੰਦਾ ਯਾਰ ਦੋਸਤ ਤਾਂ ਤੁਹਾਨੂੰ ਇੱਕ ਵਾਰੀ ਤੁਹਾਡੇ ਕੋਈ ਆਪਦੀ ਫੇਸਬੁੱਕ ਆਪਦੇ ਪੇਜ ਦੇ ਉੱਤੇ ਚਲੋ ਸ਼ੇਅਰ ਕਰ ਦੂਗਾ ਚੀਜ਼ ਨੂੰ ਹਨਾ ਤਾਂ ਪਰ ਜਿਹੜਾ ਲੋਕਾਂ ਦੀ ਨਜ਼ਰ ਦੇ ਵਿੱਚ ਵਾਰ ਵਾਰ ਜਿਹੜਾ ਲਿਆਉਣਾ ਉਹਦਾ ਤੁਹਾਨੂੰ ਸਾਰਾ ਆਪਦਾ ਹੀ ਜਿਹੜਾ ਪੇਡ ਕੰਮ ਕਰਨਾ ਪੈਂਦਾ ਫੇਰ ਹੀ ਹੁੰਦਾ ਤੁਸੀਂ ਸਨੀ ਦਿਓਲ ਹੁਣਾਂ ਦੀ ਫਿਲਮ ਵੀ ਕਰੀ ਸੀ ਯਮਲਾ ਪਗਲਾ ਦੀਵਾਨਾ 3 ਹਾਂ ਤੇ ਉਹਦੇ ਵਿੱਚ ਵੀ ਤੁਹਾਡਾ ਬੜਾ ਅੱਛਾ ਕੰਮ ਸੀ ਸਨੀ ਦਿਓਲ ਹੁਣਾਂ ਦੇ ਨਾਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਫਿਰ ਉਹ ਦੇਖੋ ਸਨੀ ਦਿਓਲ ਔਰ ਆਪਣਾ ਧਰਮਿੰਦਰ ਜੀ ਤੇ ਬੌਬੀ ਬੌਬੀ ਤਾਂ ਥੋੜਾ ਜਿਹਾ ਰਲੌਟਾ ਹੈ ਉਹ ਤਾਂ ਗੱਲਬਾਤ ਕਰ ਲੈਂਦਾ ਬਹਿ ਵੀ ਜਾਂਦਾ ਹੈ ਗੱਲਬਾਤ ਕਰਦਾ ਸਾਰੀ ਤੇ ਜਿਹੜਾ ਸਨੀ ਦਿਓਲ ਹੈ ਉਹ ਥੋੜਾ ਜਿਹਾ ਆਪਣਾ ਥੋੜਾ ਜਿਹਾ ਰਹਿੰਦਾ ਮਤਲਬ ਕਿਸੇ ਨਾਲ ਬਹੁਤੀ ਗੱਲਬਾਤ ਨਹੀਂ ਕਰਦਾ ਅੱਛਾ ਹਾਂ ਸੀਨ ਦਿੱਤਾ ਤੇ ਜਾ ਕੇ ਵੈਨਿਟੀ ਚ ਬਹਿ ਗਿਆ ਬਸ ਉਹਦਾ ਹੈ ਤੇ ਧਰਮਿੰਦਰ ਭਾਜੀ ਹੈ ਖੈਰ ਉਹ ਤਾਂ ਉਹਨਾਂ ਦਾ ਕੋਈ ਮਤਲਬ ਜਵਾਬ ਹੀ ਨਹੀਂ ਹੈ ਉਹਨਾਂ ਦਾ ਕੋਈ ਆਈ ਜਾਵੇ ਗੱਲਾਂ ਬਾਤਾਂ ਕਰੇ ਫੋਟੋ ਖਿਚਾਵੇ ਕੋਈ ਐਸੀ ਗੱਲ ਉਹ ਤਾਂ ਬਹੁਤ ਪਿਆਰ ਦਿੰਦੇ ਆ ਸਾਰੀ ਖੈਰ ਫੈਮਿਲੀ ਆਪਦੀ ਬਹੁਤ ਅੱਛੀ ਹੈ ਗੁਰਦਾਸ ਮਾਨ ਹੋਣਾ ਨਾਲ ਤੁਸੀਂ ਨਨਕਾਣਾ ਫਿਲਮ ਕਰਦੇ ਹੋ ਫਿਲਮ ਦੇ ਵਿੱਚ ਤੁਹਾਡਾ ਕਰੈਕਟਰ ਵੀ ਬਾਕਮਾਲ ਸੀ ਗੁਰਦਾਸ ਮਾਨ ਹੋਣਾ ਦੀ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਹੁਣ ਵੀ ਕਦੇ ਕਦੇ ਜਦੋਂ ਇਕੱਲੇ ਬੈਠੇ ਨੇ ਯਾਦ ਆਉਂਦੀ ਹੈ ਕਿ ਯਾਰ ਇਨਸਾਨ ਬਾਰੇ ਕਈ ਵਾਰੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜੋ ਮਰਜ਼ੀ ਹੋਵੇ ਪਰ ਉਹਨਾਂ ਦੀ ਇਨਸਾਨੀ ਤਬੀਅਤ ਬਹੁਤ ਚੰਗੀ ਹੈ ਜਾਂ ਉਹਨਾਂ ਬਾਰੇ ਕੋਈ ਖਾਸ ਗੱਲ ਯਾਰ ਗੁਰਦਾਸ ਮਾਨ ਭਾਜੀ ਵਾਸਤੇ ਨਾ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਮੇਰੇ ਸ਼ਬਦ ਊਣੇ ਰਹਿ ਜਾਣਗੇ ਮਤਲਬ ਐਡਾ ਇੱਕ ਵਧੀਆ ਇਨਸਾਨ ਆ ਹਨਾ ਉਹਦੇ ਉਹਨਾਂ ਬਾਰੇ ਕੋਈ ਸ਼ਬਦ ਮੈਨੂੰ ਪਤਾ ਹੀ ਨਹੀਂ ਕਿ ਮੈਂ ਕੀ ਬੋਲਾਂ ਇੱਕਦਮ ਪੁੱਛ ਲਿਆ ਨਾ ਮੈਥੋਂ ਮਤਲਬ ਮੈਂ ਇਹੀ ਕਹੂੰਗਾ ਕਿ ਜੇ ਮੈਂ ਕੋਈ ਉਹਨਾਂ ਬਾਰੇ ਸ਼ਬਦ ਕਿ ਉਹ ਬਹੁਤ ਚੰਗੇ ਆ ਕਿਆ ਬਾਤ ਹੈ ਉਹਨਾਂ ਦੀ ਉਹ ਇਹ ਸ਼ਬਦ ਊਣੇ ਰਹਿ ਜਾਣਗੇ ਸੈੱਟ ਦੀ ਕੋਈ ਯਾਦਗਾਰੀ ਗੱਲ ਤੇ ਸੈੱਟ ਦੀ ਬਸ ਕੁਛ ਨੀ ਕੰਮ ਕਰਦੇ ਸੀ ਵਧੀਆ ਆਪਦਾ ਜਿਹੜਾ ਹੱਸ ਖੇਡ ਕੇ ਕੰਮ ਹੁੰਦਾ ਸੀ ਸਾਰਾ ਤਾਂ ਉਹ ਇਹ ਮਹਿਸੂਸ ਹੀ ਨੀ ਹੁੰਦਾ ਸੀ ਕਿ ਯਾਰ ਅਸੀਂ ਐਡੇ ਵੱਡੇ ਸਟਾਰ ਨਾਲ ਕੰਮ ਕਰ ਰਹੇ ਹਾਂ ਇਹ ਸਾਨੂੰ ਮਹਿਸੂਸ ਨੀ ਸੀ ਹੁੰਦਾ ਤੇ ਲੱਗਦਾ ਨੀ ਹੈਗਾ ਭਾਜੀ ਜਿਵੇਂ ਹੁਣ ਆਪਾਂ ਫਿਲਮਾਂ ਵੀ ਕਰਦੇ ਹਾਂ ਵੀ ਸਾਡੇ ਪੁਰਾਣੇ ਟਾਈਮਾਂ ਦੇ ਵਿੱਚ ਛੜੇ ਚਾਚੇ ਤਾਏ ਜਾਂ ਹੁਣ ਇਹ ਰਿਸ਼ਤੇ ਸਾਰੇ ਖੁੱਸ ਕੇ ਹੁਣ ਅੰਕਲ ਬਣ ਗਿਆ ਕੋਈ ਮਤਲਬ ਸਾਰੀ ਜਗ੍ਹਾ ਇੱਕ ਅੰਕਲ ਨੇ ਰੋਕ ਕੇ ਰੱਖ ਲਈ ਅੱਗੇ ਕੋਈ ਚਾਚਾ ਹੁੰਦਾ ਸੀ ਕੋਈ ਤਾਇਆ ਹੁੰਦਾ ਸੀ ਦੇਖੋ ਇਹਦੇ ਨਾਲ ਸਮੇਂ ਸਮੇਂ ਦੇ ਨਾਲ ਯਾਰ ਫਰਕ ਤਾਂ ਪੈਂਦਾ ਹੀ ਹੈ ਜਿਉਂ ਜਿਉਂ ਸਾਡੀ ਕੋਈ ਨਵੀਂ ਪੀੜ੍ਹੀ ਅੱਗੇ ਆ ਰਹੀ ਹੈ ਹਨਾ ਤਾਂ ਜ਼ਾਹਿਰ ਹੈ ਉਹ ਹਰ ਚੀਜ਼ ਚੇਂਜ ਹੋ ਕੇ ਆਊਗੀ ਹਨਾ ਉਹ ਤਾਂ ਉਹ ਰਹਿੰਦੀ ਨੀ ਜੋ ਪਹਿਲਾਂ ਹੁੰਦੀ ਹੈ ਇਹ ਜਿਹੜੀ ਆ ਰਹੀ ਹੈ ਇਹ ਵੀ ਨੀ ਰਹਿਣੀ ਕੁਛ ਹੋਰ ਹੋ ਜੂ ਸੋ ਇਹ ਤਾਂ ਚੱਲਦਾ ਰਹਿੰਦਾ ਸਾਨੂੰ ਐਕਸੈਪਟ ਕਰਨਾ ਚਾਹੀਦਾ ਐਸੀ ਨੀ ਗੱਲ ਤੇ ਜਦੋਂ ਤੁਸੀਂ ਕੋਲੇ ਹੋਵੋ ਤੇ ਗਾਣਾ ਨਾ ਸੁਣੀਏ ਇਹ ਹੋ ਨਹੀਂ ਸਕਦਾ ਗਾਣਾ ਤਾਂ ਮੈਂ ਤੇ ਉਹ ਗਾਣਾ ਜਿਹੜਾ ਤੁਸੀਂ ਦਿਦਾਰ ਸੰਧੂ ਸਾਹਿਬ ਦਾ ਸੁਣਾਉਣੇ ਹੋ ਚੜੇ ਬੰਦੇ ਦੀ ਹੁੰਦੀ ਹੈ ਖੱਲ ਵਰਗੀ ਤੇ ਫਿਰ ਉਹ ਮੈਂ ਕਹਿੰਦਾ ਹੋ ਜਾ ਅੱਛਾ ਉਹ ਸੁਣਾਉਣ ਤੋਂ ਪਹਿਲਾਂ ਬਾਈ ਗੱਲ ਸੁਣੋ ਮੇਰਾ ਸੌਂਗ ਆ ਰਿਹਾ ਫਿਕਰੇ ਪੰਜਾਬ ਜੀ ਫਿਕਰੇ ਪੰਜਾਬ
ਜਿਹੜਾ ਕਿ ਜਸਵੀਰ ਭਲੂਰੀਆ ਜੀ ਦਾ ਲਿਖਿਆ ਹੋਇਆ ਤੇ ਇਹ ਗਾਣਾ ਮੇਰਾ ਮੈਂ ਬਸ ਦੋ ਤਿੰਨਾਂ ਦਿਨਾਂ ਚ ਉਹ ਰਿਲੀਜ਼ ਕਰ ਦੇਣਾ ਤੇ ਉਹ ਗਾਣਾ ਤੁਸੀਂ ਸਾਰੇ ਦਰਸ਼ਕਾਂ ਨੇ ਉਹਨੂੰ ਪਿਆਰ ਦੇਣਾ ਸ਼ੇਅਰ ਕਰਨਾ ਸਾਡੇ ਪੰਜਾਬ ਦੀ ਗੱਲ ਹੈ ਪੰਜਾਬ ਦੀ ਇੱਕ ਤਰਾਸਦੀ ਹੈ ਤਾਂ ਉਹ ਇਹਦੇ ਚ ਮੈਂ ਪੇਸ਼ ਕਰਨੀ ਹੈ ਤੇ ਦੂਜਾ ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ ਆਵੇ ਭਲਾ ਜੇ ਸਾ ਸੁਖ ਦਾ ਵੇ ਮੇਰਾ ਕੱਲ ਦਾ ਕੱਲ ਦਾ ਕਾਲ ਜਾ ਦੁੱਖ ਦਾ ਵੇ ਮੇਰਾ ਕੱਲ ਦਾ ਉਹ ਤੇਰਾ ਨਹੀਂ ਉਹ ਤੇਰੇ ਗੋਰੇ ਰੰਗ ਦਾ ਕਸੂਰ ਤੇਰਾ ਨਹੀਂ ਉਹ ਤੇਰੇ ਗੋਰੇ ਰੰਗ ਦਾ ਕਸੂਰ ਸੌ ਰੱਬ ਦੀ ਲੱਗੇ ਤੂੰ ਖਿੜੀ ਖਿਲ ਵਰਗੀ ਨੀ ਛੜੇ ਬੰਦੇ ਦੀ ਹੁੰਦੀ ਆ ਅੱਖ ਖਿਲ ਵਰਗੀ ਨੀ ਛੜੇ ਬੰਦੇ ਦੀ ਗਾਣੇ ਵੀ ਉਦਾਂ ਦੇ ਯਾਦ ਕਰੇ ਨੇ ਭਾਜੀ ਮੈਨੂੰ ਇਹ ਦੱਸੋ ਵੀ ਤੁਸੀਂ ਲਗਾਤਾਰ ਫਿਲਮਾਂ ਕਰਦੇ ਰਹਿੰਦੇ ਹੋ ਤੇ ਪਰ ਅੱਜ ਦਾੜੀ ਚਿੱਟੀ ਜੀ ਕਰੀ ਬੈਠੇ ਹੋ ਕਿਹੜੀ ਫਿਲਮ ਦੇ ਓਏ ਭਾਈ ਗੱਲ ਦਾੜੀ ਤਾਂ ਮੇਰੀ ਕਾਲੀ ਹੈ ਮੁੰਡਾ ਖੁੰਡਾ ਮੈਂ ਹੈਗਾ ਠੀਕ ਹੈ ਇਹ ਤਾਂ ਭਾਈ ਫਿਲਮ ਵਾਸਤੇ ਕੀਤੀ ਹੈ ਇਹ ਜਿਹੜੇ ਅੱਜ ਤੂੰ ਫਿਲਮ ਦੇ ਸੈੱਟ ਤੇ ਬੈਠੇ ਹੋ ਨਾ ਬਰਾਊਨ ਬਾਬੇ ਤੋ ਇਹ ਬੜੀ ਜਲਦ ਫਿਲਮ ਆ ਰਹੀ ਹੈ ਅੱਧੀ ਇੰਗਲੈਂਡ ਦੇ ਵਿੱਚ ਹੋਈ ਹੈ ਤੇ ਅੱਧੀ ਫਿਲਮ ਸਾਡੀ ਜਿਹੜੀ ਪੰਜਾਬ ਦੀ ਕਹਾਣੀ ਹੈ ਸੋ ਇੱਥੇ ਜਿਹੜੇ ਇਹ ਬਰਾਊਨ ਬਾਬੇ ਮੈਂ ਤੇ ਸਰਦਾਰ ਸੋਹੀ ਸਾਹਿਬ ਗੁਰਿੰਦਰ ਮੱਕਣਾ ਤੇ ਪ੍ਰਕਾਸ਼ ਗਾਧੂ ਸੋ ਅਸੀਂ ਜਿਹੜੇ ਚਾਰ ਬਾਬੇ ਹੈ ਬਰਾਊਨ ਬਾਬੇ ਤੇ ਤੁਸੀਂ ਦੇਖਿਓ ਕੋਮੇਡੀ ਨਾਲ ਕੋਮੇਡੀ ਔਰ ਇੱਕ ਬਹੁਤ ਵੱਡੀ ਜਿਹੜੀ ਤਰਾਸਦੀ ਤੁਹਾਨੂੰ ਇਹਦੇ 'ਚ ਦਿਖਾਈ ਜਾਵੇਗੀ ਸੱਚਮੁੱਚ ਬਹੁਤ ਵਧੀਆ ਸਬਜੈਕਟ ਹੈ ਅਮਨ ਤੇ ਸੁਖਰਾਜ ਇਹਨਾਂ ਇਹ ਦੋਵੇਂ ਰਾਈਟਰ ਨੇ ਫਿਲਮ ਦੇ ਤੇ ਪ੍ਰਵੀਨ ਜਿਨ੍ਹਾਂ ਨੇ ਪਹਿਲਾਂ ਸੱਸ ਕੁੱਟਣੀ ਤੇ ਛਣਕਾਟਾ ਪਹਿਲਾਂ ਕਰਦੇ ਰਹੇ ਆ ਸੋ ਉਹ ਡਾਇਰੈਕਟ ਕਰ ਰਹੇ ਆ ਇਸ ਫਿਲਮ ਨੂੰ ਤੇ ਮਣੀ ਧਾਲੀ ਮਿਲਨਸਾਰਤਾ ਤਾਂ ਜਿਹੜੀ ਮਿਲਨਸਾਰਤਾ ਹੁੰਦੀ ਉਹ ਇਨਸਾਨ ਨੂੰ ਵੱਡਾ ਬਣਾਉਂਦੀ ਹੈ ਗੁਰਮੀਤ ਸਾਜਨ ਹੋਣਾ ਭਾਜੀ ਦੇ ਵਿੱਚ ਬਹੁਤ ਸਾਰੇ ਗੁਣ ਨੇ ਗੁਣਾਂ ਦੀ ਗੁਥਲੀ ਨੇ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਚੰਗੀਆਂ ਚੰਗੀਆਂ ਫਿਲਮਾਂ ਦਿੰਦੇ ਰਹਿਣਗੇ ਹੁਣ ਵੀ ਇਹਨਾਂ ਦੀ ਇੱਕ ਫਿਲਮ ਆ ਜਿਹੜੀ ਜਲਦੀ ਰਿਲੀਜ਼ ਹੋ ਰਹੀ ਹੈ ਵੇਖੀ ਜਾ ਪਰ ਛੇੜੀ ਨਾ ਕਰਮਜੀਤ ਅਨਮੋਲ ਹੋਣਾ ਦੇ ਨਾਲ ਫਿਲਮ ਆ ਜਿਹੜੀ ਇਹਨਾਂ ਨੇ ਪ੍ਰੋਡਿਊਸ ਕੀਤੀ ਆ ਡਾਇਰੈਕਟ ਕੀਤੀ ਆ ਬੜਾ ਅੱਛਾ ਕੰਮ ਹੈ ਤੇ ਉਮੀਦ ਕਰਦੇ ਹਾਂ ਕਿ ਪੰਜਾਬੀ ਸਿਨੇਮੇ ਦੇ ਵਿੱਚ ਜਿਹੜੀਆਂ ਨਵੀਆਂ ਨਵੀਆਂ ਫਿਲਮਾਂ ਗੁਰਮੀਤ ਸਾਜਨ ਭਾਜੀ ਦਿੰਦੇ ਰਹਿਣਗੇ ਹੋਰ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਮੈਨ ਸੁਖਵਿੰਦਰ ਤੇ ਦੀਪ ਸੰਦੀਪ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।